ਕਰਕੇ ਵੇਲਾ ਯਾਦ ਮੇਰਾ ਦਿਲ ਭਰ ਭਰ ਆਉਂਦਾ ਹੈ ਵਿਛੜੇ ਸਜਣ ਗਰਾਂ ਨੂੰ ਚੇਤੇ ਕਰ ਕਰ ਰੋਂਦਾ ਹੈ ਬੁੱਤ ਮੇਰਾ ਬਸ ਉੱਥੇ ਸੀ ਰੂਹ ਇੱਥੇ ਰਹਿ ਗਈ ਸੀ ਦਿਲ ਤੇ ਪੱਥਰ ਧਰ ਕੇ ਜੋ ਕਦੇ ਛੱਡਣੀ ਪੈ ਗਈ ਸੀ ਸਿਰ ਧਰ ਉਸ ਮਿੱਟੀ ਨੂੰ ਮੱਥਾ ਟੇਕਣ ਆਇਆ ਹਾਂ ਅੱਜ ਵਰਿਆਂ ਬਾਅਦ ਮੈਂ ਜੰਮਣ ਭਾਉ ਨੂੰ ਵੇਖਣ ਆਇਆ ਹਾਂ ਇੱਕ ਤਾਂ ਕਦੇ ਵੀ ਜੰਮਣ ਵਾਲੀ ਮਾਂ ਨਹੀਂ ਭੁੱਲਦੀ ਦੂਜਾ ਕਦੇ ਵੀ ਜੰਮਣ ਵਾਲੀ ਥਾਂ ਨਹੀਂ ਭੁੱਲਦੀ ਯਾਦ ਹੈ ਅੱਜ ਵੀ ਹਾਣੀਆਂ ਦੇ ਨਾਲ ਜਿੱਥੇ ਖੇਡੇ ਸੀ ਰੂਹ ਵਸਦੀ ਹੈ ਉਸ ਥਾਂ ਖੌਰੇ ਤਾਂ ਨਹੀਂ ਭੁੱਲਦੀ ਦਸ ਨੰਬਰ ਪੂਰਾ ਵੇਖੋ ਪਾਲੋ ਫਿਰ ਇਹਨੂੰ ਪਾਲੋ ਅੱਜ ਵਰਿਆਂ ਬਾਅਦ ਮੈਂ ਜੰਮਣ ਭਾਉ ਨੂੰ ਵੇਖਣ ਆਇਆ ਹਾਂ ਅੱਜ ਤਾਈਂ ਉਹ ਗਲੀਆਂ ਦਰ ਦਰਵਾਜ਼ੇ ਨਹੀਂ ਭੁੱਲਦੇ ਰਲ ਮਿਲ ਰਹਿੰਦੇ ਲੋਕ ਉਹ ਸਾਧ ਮੁਰਾਦੇ ਨਹੀਂ ਭੁੱਲਦੇ ਕਿਸ ਨੂੰ ਖੋਲ ਵਿਖਾਈਏ ਦੱਸੋ ਦਿਲ ਦੀਆਂ ਬਾਰਾਂ ਨੂੰ ਆਵਣ ਮੰਜ਼ਰ ਅੱਖਾਂ ਸਾਵੇਂ ਸਾਡੇ ਨਹੀਂ ਭੁੱਲਦੇ ਦਿਲ ਦੀ ਫਟੀ ਬਿਆਈ ਮੱਲਮ ਲੇਪਣ ਆਇਆ ਹਾਂ ਅੱਜ ਵਰਿਆਂ ਬਾਅਦ ਮੈਂ ਜੰਮਣ ਭਾਉ ਨੂੰ ਵੇਖਣ ਆਇਆ ਹਾਂ ਜੀ ਕਰਦਾ ਮੈਂ ਇਸ ਮਿੱਟੀ ਨੂੰ ਭਰਲਾਂ ਬਾਹਾਂ ਵਿੱਚ ਜਾਂ ਫਿਰ ਮੈਂ ਹੀ ਬਿਖਰ ਜਾਵਾਂ ਅੱਜ ਇਸ ਦਿਆਂ ਰਾਹਾਂ ਵਿੱਚ ਕਦੇ ਕਦੇ ਦਿਲ ਕਰਦਾ ਗਲ ਲੱਗ ਰੋਵਾਂ ਕੰਧਾਂ ਦੀ ਕਦੇ ਸ਼ਰੀਕ ਸੀ ਹੁੰਦੀਆਂ ਜੋ ਸਾਡੇ ਹਾਸਿਆਂ ਚਾਵਾਂ ਵਿੱਚ ਫੇਰ ਉਹਨਾਂ ਯਾਦਾਂ ਦੇ ਨਿੱਘ ਨੂੰ ਸੇਕਣ ਆਇਆ ਹਾਂ ਅੱਜ ਵਰਿਆਂ ਬਾਅਦ ਮੈਂ ਜੰਮਣ ਭਾਉ ਨੂੰ ਵੇਖਣ ਆਇਆ ਹਾਂ ਪੰਜਾਬ ਜਾਣਾ ਤਾਂ ਵੀ ਉਹਦੇ ਤੇ ਜੱਟੀ ਜਾਣਾ ਤਾਂ ਵੀ ਜਦੋਂ ਤਾਂ ਇਕੱਠੇ ਹੁੰਦੇ ਹਨ ਯਾਰ ਤੇ ਆਹ ਪਿੰਡਾਂ ਦਾ ਸਿੱਠ ਜੋੜੀ ਹੁੰਦੀ ਆਖਣਾ ਦੌਲੋ ਵਾਲੀ ਭਨਕਣ ਵਾਲੀ ਚੱਕਰਿਆਂ ਠੂਠਾ ਕੋਟ ਵਿਚਾਰਾ ਕੀ ਕਰੇ ਮੰਡਿਆਲਾ ਸਾਰਾ ਝੂਠਾ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਅਸਲਾਮ ਵਾਲੇਕੁਮ ਦੋਸਤੋ ਮੈਂ ਨਾਸਰ ਢਿੱਲੋਂ ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ ਪਾਰਟੀਸ਼ਨ ਨੂੰ ਲੈ ਕੇ ਉਜਾੜਿਆਂ ਨੂੰ ਲੈ ਕੇ ਉਹਨਾਂ ਲੋਕਾਂ ਜਿਨ੍ਹਾਂ ਨੇ ਆਪਣੇ ਹਾਸਤੇ ਵਾਸਤੇ ਘਰ ਛੱਡੀ ਹੋਈ ਇੱਧਰ ਹੁਣ ਬਜ਼ੁਰਗ ਜਾਂ ਉੱਧਰੋਂ ਇੱਧਰ ਉੱਠ ਕੇ ਆਏ ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹੀਦਾ ਬਹੁਤ ਲੰਮੇ ਸਮੇਂ ਤੋਂ ਹਰਕਮਲ ਸਾਡਾ ਨਿੱਕਾ ਭਰਾ ਉਹ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੇ ਦਾਦਾ ਜੀ ਨੂੰ ਪਾਕਿਸਤਾਨ ਲੈ ਕੇ ਆਉਣਾ ਪਿਛਲੇ ਸਾਲ ਵੀ ਆਏ ਸੀ ਅਤੇ ਇਸ ਵਾਰੀ ਆਪਣੇ ਬਜ਼ੁਰਗਾਂ ਨੂੰ ਲਾਇਆ ਸਰਦਾਰ ਪੂਰਨ ਸਿੰਘ ਸੋਹਲ ਸਾਹਿਬ ਅਤੇ ਸੋਹਲ ਸਾਹਿਬ ਨੂੰ ਲੈ ਕੇ ਆ ਗਏ ਇਹਨਾਂ ਨੂੰ ਪਾਕਿਸਤਾਨ ਨੇ ਹੁਣ ਇਹ ਕੀ ਵੇਖਣਾ ਚਾਹੁੰਦੇ ਨੇ ਕਿੱਥੇ ਜਾਣਾ ਚਾਹੁੰਦੇ ਨੇ ਸਾਰੀ ਗੱਲਬਾਤ ਕਰਨੀ ਹੈ ਅਤੇ ਕਿਹੜਾ ਇਹਨਾਂ ਦਾ ਪਿੰਡ ਹੈ ਪਹਿਲਾਂ ਨਾਂ ਆਪਣਾ ਦੱਸੋ ਬਜ਼ੁਰਗੋ ਸਰਦਾਰ ਪੂਰਨ ਸਿੰਘ ਅਤੇ ਉਮਰ ਇਹਨਾਂ ਦੀ ਉਮਰ ਜਿਹੜੀ ਹੈ ਮੈਂ ਦੱਸਾਂ ਵੀ ਉਦੋਂ ਇਹ ਮੈਨੂੰ ਲੱਗਦਾ ਵੀ ਤਕੜੇ ਸੀ ਚੰਗੇ ਖੇਡਦੇ ਖੁੱਡਦੇ ਕਿੰਨੀ ਉਮਰ ਸੀ ਉਦੋਂ 21 ਸਾਲ 21 ਸਾਲ ਹੁਣ ਹੋ ਗਈ ਆ 76 ਅਤੇ 21 98 ਹੋ ਗਈ 97 98 98 ਵਾਹ 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 ਤੇ ਮੈਨੂੰ ਮੁੰਡਾ ਦੱਸਣ ਡਿਆ ਵੀ ਅਸੀਂ ਗੋਡੀ ਗੁੱਡੀ ਕਰ ਲੈਂਦੇ ਗੋਭੀ ਨੂੰ ਮੈਂ ਪਰਵਾਹ ਨਹੀਂ ਕਰੀਦੀ ਅੱਛਾ ਹਾਂ ਹੁਣ ਵੀ ਮੈਂ ਇੱਕ ਦਿਨ ਮੁੰਡੇ ਨੂੰ ਆਹ ਮੰਗੂੜੀ ਲਿਆਓ ਹੈ ਕਰੇਲੇ ਲਾਏ ਨੇ ਵਿੱਚੋਂ ਕਾਹ ਕੁ ਮਾਰੀਏ ਹੈ ਅਤੇ ਉਹ ਆਖੇ ਨਹੀਂ ਲਿਆਉਂਦਾ ਸੀ ਕੀ ਕਰਨੀ ਰਹਿਣ ਦੇ ਫਿਰ ਮੈਂ ਆਪ ਇੱਕ ਦਿਨ ਫੜ ਕੇ ਗਿਆ ਆੜ ਦੇ ਨਾਲ ਨਾਲ ਖਾ ਸੀ ਸਾਰਾ ਐ ਬਣਾ ਕੇ ਛਾਂਕ ਛੂੰਕ ਬਾਹਰ ਬਾਹਰ ਰਾਹ ਚੁੱਕ ਕੇ ਸੁੱਕ ਗਿਆ ਉਹ ਸੋਹਣੇ ਲੱਗਣ ਡਈਆਂ ਗੱਲਾਂ ਅਤੇ ਕੰਮ ਚਲੋ ਜੀ ਕਰਦਾ ਇਹ ਬੱਚੇ ਨਹੀਂ ਕਰਨ ਦਿੰਦੇ ਆਉਂਦੇ ਨੇ ਫਿਰ ਤੁਰ ਵੀ ਨਾ ਮੈਂ ਨਾ ਵੀ ਫਿਰਿਆ ਤੁਰਾਂ ਜਿਹੜੇ ਗੋਡੇ ਨੇ ਚੰਗੇ ਰਹਿੰਦੇ ਨੇ ਅਤੇ ਫਿਰਦੇ ਤੁਰਦੇ ਚੰਗੇ ਰਹੀਦਾ ਅਤੇ ਆਉਂਦੇ ਨੇ ਵੀ ਨਹੀਂ ਕਰਨਾ ਮੈਂ ਜਿੰਨਾ ਚਿਰ ਫਿਰਨਾ ਉਹਨਾਂ 'ਚ ਫਿਰਨ ਦਿਓ ਫਿਰਨਾ ਚਾਹੀਦਾ ਫਿਰਨਾ ਚਾਹੀਦਾ ਬੜੀ ਮੌਜ ਕਿੰਨੀ ਆਪਣਾ ਇੱਥੋਂ ਪਾਕਿਸਤਾਨੋਂ ਕਿਹੜਾ ਸੀ ਪਿੰਡ ਆਪਣਾ ਕੋਟ ਦੇਸ ਰਾਜ
ਤੇ ਉੱਥੇ ਜਾ ਕੇ ਇੰਡੀਆ ਉੱਥੇ ਪਿੰਡ ਜੰਡ ਜੰਡ ਕਿਹੜੇ ਜ਼ਿਲ੍ਹੇ 'ਚ ਜਿਹੜਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਅੱਛਾ ਅੱਛਾ ਥਾਣਾ ਜੰਡਿਆਲਾ ਗੁਰੂ ਜੰਡਿਆਲਾ ਗੁਰੂ ਦਾਖਲਾ ਨੰਗਲ ਦਿਆਲ ਸਿੰਘ ਅੱਛਾ ਅੱਛਾ ਉਹ ਫਿਰ ਤੇ ਮੇਰੇ ਸ਼ਹਿਰ ਦੇ ਜਿਹੜੇ ਹਾਂਜੀ ਮੇਰੇ ਸ਼ਹਿਰ ਨੇ ਮੇਰਾ ਵੀ ਅੰਮ੍ਰਿਤਸਰ ਹੈ ਅੱਛਾ ਹਾਂ ਕਿੱਥੇ ਘਰ ਕਿੱਥਾ ਤਰਨ 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 ਜਾਈਦਾ ਰੋਜ਼ ਹਾਂ ਅੱਛਾ ਇੱਥੇ ਪਾਕਿਸਤਾਨ ਵਾਲਾ ਪਿੰਡ ਜਿਹੜਾ ਕੋਟ ਦੇਸ ਰਾਜ ਇਹ ਕਿੱਥੇ ਪੈਂਦਾ ਇਹ ਮੰਡਿਆਲੇ ਤੇਗੇ ਦੇ ਕੋਲ ਦੌਲੋ ਵਾਲੀ ਜੱਬੋ ਕੇ ਚੱਕਰਿਆਣ ਨਵਾਂ ਚੱਕ ਪੁਰਾਣਾ ਚੱਕ ਹਰਿਆਣ ਚੱਕ ਤੇ ਆਪਣਾ ਜੋ ਇਹਦਾ ਚੱਕ ਇਹ ਨਾ ਅਮੀਪੁਰ ਅਮੀ ਵਾਲਾ ਅੱਛਾ ਇਹ ਲਾਗੇ ਲਾਗੇ ਚਾਰ ਛੋਟੇ ਹੁਣ ਜਾਵਾਂਗੇ ਆਪਾਂ ਹੁਣ ਪਿੰਡ ਤੁਹਾਡੇ ਤੇ ਕਿੱਧਰ ਕਿੱਧਰ ਦੀ ਜਾਈਏ ਆਪਾਂ ਤਾਂ ਮੰਡਿਆਲੇ ਥਾਣੀ ਜਾਣਾ ਮੰਡਿਆਲੇ ਥਾਣੀ ਆਹੋ ਤੇ ਯਾਦ ਹੈ ਪੂਰਾ ਵੀ ਇਸ ਤਰ੍ਹਾਂ ਦਾ ਪਿੰਡ ਦਾ ਵੇਖੋ ਜੀ ਹੁਣ ਇੰਨਾ ਚਿਰ ਹੋ ਗਿਆ ਤੇ ਰਾਹ ਬਦਲ ਗਏ ਨੇ ਰਾਹਾਂ ਦਾ ਤਾਂ ਹੁਣ ਕੋਈ ਪਤਾ ਨਹੀਂ ਅੱਗੇ ਤੇ ਅਸੀਂ ਪਿੰਡੋਂ ਤੁਰੀਦਾ ਸੀ ਤੇ ਸਿੱਧਾ ਰਾਹ ਜਾਂਦਾ ਸੀ ਕੱਚੀ ਸੜਕ ਜਾਂਦੀ ਸੀ ਮੰਡਿਆਲੇ ਨੂੰ ਹੈਂ ਦੌਲੋ ਵਾਲੇ ਦੇ ਨਾਲੋਂ ਲੰਘ ਕੇ ਅਗਰ ਚਲੇ ਜਾਈਦਾ ਸੀ ਤੇ ਉੱਥੋਂ ਕਈ ਵਾਰੀ ਅਸੀਂ ਦਾਣੇ ਵੀ ਭਿਉਣ ਜਾਂਦੇ ਹੁੰਦੇ ਹਾਂ ਕਿੱਥੋਂ ਕੋਟੋਂ ਦੇਸ਼ ਰਾਜ ਕੋਟ ਤੋਂ ਚੱਕੀ ਸੀ ਉਹ ਤਾਂ ਇਹ ਦੱਸੋ ਵੀ ਕੀ ਨੇ ਮੈਨੂੰ ਵਾਵਾ ਚਿਰ ਦਾ ਮੁੰਡਾ ਆਖਣ ਡਿਆ ਸੀ ਵੀ ਬਾਬੇ ਨੂੰ ਲੈ ਕੇ ਪਿੰਡ ਜਾਣਾ ਕੀ ਯਾਦਾਂ ਨੇ ਤੁਹਾਡੇ ਕੋਲ ਪਿੰਡ ਜਾਣ ਦੀਆਂ ਵੀ ਉੱਥੇ ਕਿਹਨੂੰ ਮਿਲਣਾ ਕੀ ਵੇਖਣਾ ਉੱਥੇ ਵੇਖੋ ਜੀ ਨੂਰਾ ਰਾਹੀਂ ਹੁੰਦਾ ਸੀ ਅੰਦਰਲਾ ਖੂਹ ਹੁੰਦਾ ਸੀ ਉਹਦੇ ਬਾਹਰਲੇ ਮੈਨੂੰ ਉਹਦਾ ਡੇਰਾ ਸੀ ਨੂਰੇ ਰਾਹੀਂ ਦਾ ਨੂਰੇ ਰਾਹੀਂ ਦਾ ਤੇ ਉਹ ਸਬਜ਼ੀਆਂ ਸੁਬਜ਼ੀਆਂ ਵੀ ਜ਼ਿਆਦਾ ਲਾਉਂਦਾ ਹੁੰਦਾ ਸੀ ਤੇ ਆਪਣਾ ਕਾਰੋਬਾਰ ਚਲਾਉਂਦਾ ਸੀ ਇੱਕ ਰੰਦਾ ਆਪਣਾ ਅਲੀਆ ਰਾਹੀਂ ਹੁੰਦਾ ਸੀ ਮਹਿਰ ਹੈਦੜ ਹੁੰਦਾ ਸੀ ਤੇ ਉਹ ਥੋੜ੍ਹੇ ਸੌਖੇ ਬੰਦੇ ਹਨ ਅਤੇ ਚੰਗੇ ਹਨ ਅਤੇ ਇਹ ਰਾਹ ਪੈਂਦੇ ਹਨ ਡੇਰੇ ਵਾਲੇ ਖੂਹ ਦੇ ਹਵਾਈ ਕਰਦੇ ਹਾਂ ਇੱਕ ਢੇਸੀਆਂ ਵਾਲੇ ਸਾਰੀ ਰਾਹ ਪੈਂਦਾ ਢੇਸੀਆਂ ਦਾ ਖੂਹ ਹੁੰਦਾ ਸੀ ਪਿੰਡ ਮੜ ਜਾਂਦੀਆਂ ਉਹਦੀ ਰਾਹ ਲੰਘਦਾ ਸੀ ਇੱਕ ਹੁੰਦਾ ਸੀ ਅੰਦਰਲੇ ਖੂਹ ਥਾਣੀ ਲਾਲੇ ਵਾਲਾ ਖੂਹ ਆਉਂਦਾ ਸੀ ਉਹ ਡੇਰੇ 'ਚ ਆਉਂਦਾ ਸੀ ਨਾਲ ਜੱਬੋ ਦੌਲੋ ਵਾਲੀ ਦਾ ਬਾਮੇ ਵਾਲਾ ਖੂਹ ਹੁੰਦਾ ਸੀ ਉੱਥੇ ਵਾਹੀ ਵੀ ਕਰੀਦੀ ਸੀ ਅਤੇ ਬੜਾ ਪਿਆਰ ਸੀ ਅਤੇ ਦੌਲੋ ਵਾਲੇ ਦੇ ਕੋਲ ਬਹਿਣਾ ਰਹਿਣਾ ਬਹਿਣਾ ਉੱਥੇ ਗਾਮਾ ਲੰਮਾ ਹੁੰਦਾ ਸੀ ਦੌਲੋ ਵਾਲੀ ਦਾ ਉਹਦੀ ਘਰ ਦੀ ਰੇਸ਼ਮਾ ਸੀ ਉਹਨੇ ਮੈਨੂੰ ਪੁੱਤ ਬਣਾਇਆ ਹਾਂ ਬਹੁਤ ਜਵਾਨ ਬੜਾ ਪਿਆਰ ਸੀ ਸਾਡਾ ਅਤੇ ਬਹੁਤ ਵਧੀਆ ਵਧੀਆ ਗੱਲਾਂ ਰੱਖਣਾ ਅਤੇ ਘਰ ਪਿੰਡ ਵੀ ਲੈ ਜਾਣਾ ਅਤੇ ਬਸ ਰਹਿਣਾ ਬਹਿਣਾ ਬੜਾ ਪਿਆਰ ਸੀ ਯੂਸਫ ਸੀ ਦੌਲੋ ਵਾਲੀ ਦਾ ਉਹ ਵੀ ਸਾਡੇ ਉਮਰ ਦਾ ਸੀ ਅਤੇ ਉਹ ਮੇਰਾ ਖਿਆਲ ਸ਼ਾਇਦ ਹਾਲੀ ਹੋਵੇ ਮੈਂ ਰਾਹ 'ਚ ਆਉਣ ਡਿਆ ਨਾ ਪਿੰਡ ਨੂੰ ਤੁਹਾਡੇ ਤੋਂ ਹੁਣ ਆਪਾਂ ਪਿੰਡ ਜਾਣ ਡੇ ਉਹਨਾਂ ਦੇ ਨਾ ਰਸਤੇ 'ਚ ਬਹਿ ਕੇ ਆਪਾਂ ਗੱਲਬਾਤ ਕਰਨ ਡੇ ਪਿੰਡ ਜਾਣ ਤੋਂ ਪਹਿਲਾਂ ਵੀ ਉਹ ਤੁਹਾਨੂੰ 98 ਸਾਲ ਉਮਰ ਆ ਅਤੇ ਖੁਸ਼ ਪੂਰੇ ਤੋਂ ਗੀਤ ਯਾਦ ਆਉਣ ਡੇ ਗੀਤ ਵੀ ਕੋਈ ਸੁਣਾ ਦਿਓ ਜਿਹੜਾ ਰਾਹ 'ਚ ਸੁਣਾਉਣ ਡੇ ਜੁੱਤੀ ਕਸੂਰੀ ਪੈਰੀ ਨਾ ਪੂਰੀ ਉਸੇ ਤਰ੍ਹਾਂ ਹੀ ਗਾ ਕੇ ਸੁਣਾ ਜਿਵੇਂ ਅੱਗੇ ਸੁਣਾਉਂਦੇ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿਹੜਿਆ ਰਾਵਾਂ ਦੀ ਸਾਰ ਨਾ ਜਾਣਾ ਓਨੀ ਰਾਹੀਂ ਵੇ ਸਾਨੂੰ ਮੁੜਨਾ ਪਿਆ ਓਨੀ ਰਾਹੀਂ ਵੇ ਸਾਨੂੰ ਮੁੜਨਾ ਪਿਆ ਕਿਆ ਬਾਤ ਮੈਂ ਕਿਹਾ ਬਾਬਾ ਜੀ ਪੂਰੇ ਖੁਸ਼ ਨੇ ਪਿੰਡ ਨੂੰ ਜਾਂਦੇ ਨਾ ਸਾਨੂੰ ਰਾਹ ਜਾਂਦਾ ਗੱਡੀ ਵੇਖੋ ਜੀ ਸੁਣਾਉਂਦੇ ਇੰਨਾ ਚਿਰ ਹੋ ਗਿਆ 37 ਸਾਲੀ ਚੱਲੇ ਹਾਂ ਅਤੇ ਸਾਨੂੰ ਆਪਣੀ ਜੀਵਨ ਭੂਮੀ ਜਿੱਥੇ ਅਸੀਂ ਜੰਮੇ ਹਾਂ ਅਤੇ ਉੱਥੇ ਵੇਖ ਕੇ ਜਿੱਥੇ ਰਹੇ ਹਾਂ ਡੇਰੇ ਵਾਲੇ ਖੂਹ ਦੇ ਮੇਲੇ ਲੱਗਦੇ ਹਨ ਵਿਸਾਖੀ ਦਿਵਾਲੀ ਪੁੰਨਿਆ ਸੰਗਰਾਂਦ ਬੜਾ ਡੇਰਾ ਬਾਬਾ ਪੁਰਾਣੇ ਦਾ ਬੜਾ ਪੁਰਾਣਾ ਡੇਰਾ ਗੁਰਦੁਆਰਾ ਹੁੰਦਾ ਸੀ ਚਾਹ ਪੂਰਾ ਗੁਰਦੁਆਰੇ ਦੇ ਨਾਲ ਦੇਵੂਰਾ ਚ ਆ ਗਏ ਗੁਰਦੁਆਰੇ ਨਾਲ ਪਿਛਲੇ ਬੰਨੇ ਮੜੀਆਂ ਹੁੰਦੀਆਂ ਹਨ ਅਗਲੇ ਬੰਨੇ ਨਾਲ ਹਵੇਲੀ ਹੁੰਦੀ ਸੀ ਹਵੇਲੀ ਦੇ ਉੱਥੇ ਡੰਗਰ ਰੱਖੇ ਹੁੰਦੇ ਹਨ ਅਤੇ ਪੱਠੇ ਕੁਦਾਉਣਾ ਮੈਂ ਹੱਥ ਵਾਲੇ ਟੋਕਣਾ ਆਹ ਮੇਰੀ ਉਂਗਲ ਵੀ ਉੱਥੇ ਵੱਡੀ ਇੱਥੇ ਪਿੰਡ ਹੀ ਪਿੰਡ ਉਂਗਲ ਵੱਡੀ ਦੋ ਡੱਕਰੇ ਹੋ ਗਈ ਫਿਰ ਮੇਰੇ ਚਾਚੇ ਨੇ ਖੜਿਆ ਨਾਲ ਚੱਕ ਬਾਬਿਆਂ ਦਾ ਅਤੇ ਉੱਥੇ ਉਹਨਾਂ ਉਹ ਹਕੀਮ ਸੀ ਉਹਨੇ ਚਿੱਟਾ ਜਿਹਾ ਪਾਊਡਰ ਪਾ ਕੇ ਬੰਨ ਦਿੱਤਾ ਅਤੇ ਜੁੜ ਗਈ ਅਤੇ ਨਜ਼ਾਰੇ ਬਣੇ ਰਹੇ ਠੀਕ ਹੈ ਮਦਰਸਾ ਸੀ
تے اوتھے دو چار دن گئے بیر بور کھا گئے تے اے بیتی پڑھ پڑھن دا پے الف بیتے تے پھر پنج ست دن مگروں میرا وڈا بھرا ہی نال او وی گیا تے او پھر کہے آنا ہی افسر نے چیک چک کرنا تے او ایسا ڈریا ہوندا ہاں ایتھے پڑھنا ہی نہیں اہی نہیں پڑھنا اہی پھر تو ہٹ گئے اہی مڑ کے پڑھے ہی نہیں وہ چار دن پڑھے وہ چار دن ادھر جائے ہوئے کوئی نہ پھر وہ تو پھر جا کے ایک بی بی کو قیدا پڑھیا پنجابی دا تے پھر او بس وہ پڑھے تے او سب کچھ ویکھ لئی دا ہی اخبار پڑھ لئی دی ہی مہاراج دی بانی پڑھ لئی دی ہی گٹکے دے پاٹ کر لئی دا ہی آندے بھی ہن تے انیاں رستے جوں نے گلاں ہونیاں بھی لاریاں آ گئیاں تے پہلو کیویں سفر کردے تھے او پہلے سفر کریدا ہی اس طرح تے کھدر دے کپڑے ہوندے ہن نہ کوئی ٹھوندا ہے نہ لینا نہ دینا سیال تے جوواں پے جڑیاں کلراں نہ ٹھونے بھڑا حال تے بھونکے دیہاڑے تے پنڈ دے وچ کسے بندے نے کپڑے بنائے ہونے چنگے کوئی چنگا ہونا تے چنگی جُتی بنی آئی او دی پھر پاگو دی چنگی ہونی او دے کو منگنے منگ کے تے او پلے بن لینے کیویں بندے کیویں بندر پرنے دے وچ بند کے جویں اگے دسے نا گنڈ دے کے تے سر دے اُتے رکھ لینی جُتیاں ہیں تے لے جانے ترے جانا جدوں جڑے پنڈ جانا ہے نا اگے خوہ ہونا پنڈ تے تے اوتھے جا کے ہاتھ پیر منہ ہاتھ دھو کے تے او کپڑے بدل لینے تے جڑے پرانے نے او دے وچ بن لینے تے ستنام آکھ دے اگلے دے گھر چلے جانا اودے کپڑے پنڈ جا کے گاہ جا کے پھر جا کے جدوں وانڈیو پنڈوں نکلنا ہے او کپڑے لا لینے نے اودے او بن لینے نے اپنے پال اپنے پالنے نے اونوں اسی طرح جاڑ کے دے پہلا ایہو جے زمانے ہوندے ہاں تے ہن تے ویکھو جی کوئی راہ نہیں تو کھڑا نہیں تے جڑے پنڈ جانا ڈنڈی ڈنڈی جانا وٹے وٹے جانا کوئی راہ ہی نہیں ہوندا تے ایہو جی گلاں باتاں ہوندیاں کنا کنا تر لیندے جے میں 100-100 کلومیٹر روز دا ٹردا رہیا اچھا ਫਾਜ਼ਲ ਦਾ ਬੰਗਲਾ ਸਾਡੇ ਤੋਂ 200 ਕਿਲੋਮੀਟਰ ਹੈ ਤੇ ਦੋ ਦਿਨਾਂ ਮੈਂ ਤੁਰ ਕੇ ਆ ਗਿਆ ਘਰ ਘਰ 200 ਕਿਲੋਮੀਟਰ ਇੱਕ ਦਿਨ 'ਚ 100 ਕਿਲੋਮੀਟਰ ਸੋ ਤੇ ਹੁਣ ਫਿਰ ਕਮਲ ਹੁਣੀ ਤੁਰਦਾ ਤੁਰਦੇ ਨੇ ਹੁਣ ਤੇ ਇਹਨੇ ਨਾ ਭੈਣੀਆਂ ਇੱਕ ਇੱਕ ਬੰਦਾ ਇੱਕ ਇੱਕ ਬੱਚਾ ਤੇ ਸੱਤ ਸੱਤ ਉਹਨਾਂ ਭੈਣੀਆਂ ਰੱਖੇ ਨੇ ਕਾਰਾਂ ਕੁਗਰਾਂ ਹਾਂਡੇ ਹੁੰਡੇ ਨਿਕੜ ਛੁਕੜ ਜੇ ਪਿਸ਼ਾਬ ਜਾਣਾ ਤਾਂ ਵੀ ਉਹਦੇ ਤੇ جانا تا بھی وہ کہ سنا دینا اتنے جی فون کرنا تا بھی وہ چڑھ کے ہوں تو مائی موجا بنیا نے مارا بنیا نے تو ساڈا مقصد جہاں ہی وہ ٹھیک سی ادو بندہ زور زیادہ ہی ہوں پنڈ پنڈ دیا گلا کرنے بھی پنڈ ان لوگوں نے ملنا ویچی ہوگ گلا بھی چھڑپیاں نال نال میں وہ بھی تمہیں نال نال لگتا پوچھ ہی لئیے اہ پنڈ پتا کہ جدو اتنا کٹھے ہوتے ہیں نا یار تو آہ پنڈا کا سٹ جوڑی ہوں آخنا دولو والی بھنکن والی ਚੱਕਰਿਆਂ ਠੂਠਾ ਕੋਟ ਵਿਚਾਰਾ ਕੀ ਕਰੇ ਮੰਡਿਆਲਾ ਸਾਰਾ ਝੂਠਾ ਹੋਵੇ ਤੇ ਹੋਵੇ ਆਪਾਂ ਇਹ ਥੋੜ੍ਹੀ ਗੱਲ ਹੈ ਮੰਡਿਆਲਾ ਵਾਲਾ ਹੋਵੇ ਫਿਰ ਆਖਣਾ ਚੱਕਰਿਆਂ ਚੱਕਾਂ ਦਾ ਤੇ ਮੰਡਿਆਲਾ ਕੁੜੀ ਅੱਛਾ ਇੱਕ ਹੋਰ ਵੀ ਹੈ ਨਾ ਮੈਨੂੰ ਗੱਲ ਪੁੱਛਣ ਡਏ ਆ ਕਿ ਤੁਹਾਡੇ ਨਿਆਣੇ ਕਾ ਬੜੇ ਘੱਟ ਆ ਬਾਲ ਨਿਆਣੇ ਘੱਟ ਭਰਾਵਾ ਨਿਆਣੇ ਲੋਕੀ ਆਉਂਦੇ ਨੇ ਇੱਕ ਨਿਆਣਾ ਚਾਹੀਦਾ ਉਹ ਪੜ੍ਹ ਜਾਏਗਾ ਚੰਗੇ ਪੜ੍ਹਾਵਾਂਗੇ ਚੰਗੀ ਖੁਰਾਕ ਦੇਵਾਂਗੇ ਚੰਗੇ ਕੱਪੜੇ ਦੇਵਾਂਗੇ ਅਤੇ ਇਹ ਨਹੀਂ ਲੋਕ ਸਮਝਦੇ ਭੈਣ ਚੋਦ ਇੱਕੋ ਹੀ ਜੰਮੇ ਇੱਕੋ ਹੀ ਮਰ ਗਿਆ ਤਾਂ ਜਾਵਾਂਗੇ ਕਿੱਥੇ ਹੈ ਨਿਆਣੇ ਘੱਟ ਤੋਂ ਘੱਟ 3-4 ਨਿਆਣੇ ਹੋਣੇ ਚਾਹੀਦੇ ਨੇ ਹੱਥ ਮਤਲਬ ਅਤੇ ਇੱਕ ਬੱਚਾ ਹੁੰਦਾ ਸੀ ਉੱਥੇ ਲਟਕੀ ਨਹੀਂ ਸੀ ਕੋਈ ਦਿੰਦਾ ਉਹ ਆਉਂਦਾ ਸੀ ਇਹ ਮਰਨਾ ਜੰਮਣਾ ਬਣਿਆ ਹੈ ਜੇ ਮਰ ਗਿਆ ਤਾਂ ਗਾੜੀ ਸਾਡੀ ਲੜਕੀ ਕਿੱਧਰ ਜਾਏਗੀ ਹੈ ਉੱਥੇ ਲੜਕੀ ਦੇ ਨੇ ਜ਼ੋਰਦਾਰ ਭਰਾ ਸਾਂ ਅਤੇ ਹੁਣ ਲੱਭਦੇ ਨੇ ਇੱਕੋ ਹੀ ਲਟਕਾ ਹੋਵੇ ਅਤੇ ਇੱਕੋ ਹੀ ਲਟਕੀ ਹੋਵੇ ਹੈ ਅਤੇ ਜਾਇਦਾਦ ਵੀ ਲਟਕੀ ਦੀ ਵੀ ਹੋਵੇ ਗੱਲਾਂ ਹੋਰ ਪਾਸੇ ਤੁਰ ਪਈਆਂ ਹੁਣ ਲੈ ਕੇ ਚੱਲਦੇ ਆਪਾਂ ਤੁਹਾਨੂੰ ਪਿੰਡ ਰਸਤੇ 'ਚ ਆਪਾਂ ਪਿੰਡ ਦੇ ਵਿੱਚ ਹਾਂ ਸਾਰੇ ਤੁਹਾਡੇ ਉਹ ਜਿਹੜੇ ਜਿਹੜੇ ਨਾਂ ਲਏ ਜਿਹਨਾਂ ਨੂੰ ਆਪਾਂ ਮਿਲਣਾ ਲੱਭਣਾ ਆਹੋ ਪਿੰਡ ਵੇਖਣਾ ਘਰ ਵੇਖਣਾ ਕਿੱਥੇ ਸੀ ਤੁਹਾਡਾ ਘਰ ਸਾਰਾ ਯਾਦ ਹੈ ਨਾ ਘਰ ਹਾਕੋ ਗਜਰਾਣੀ ਹੈ ਉਹ ਬੱਕਰੀਆਂ ਰੱਖਦੇ ਹਾਂ ਸਾਡੀ ਤਾਂ ਕੰਧ ਉਹਨਾਂ ਦੀ ਨਾਲ ਸਾਂਝੀ ਚੌਂਕ ਰੜੇਲੋਂ ਕੁਟੀਏਲੋਂ ਸੜਕ ਆਉਂਦੀ ਹੈ ਉਹ ਪਿੰਡ ਦੇ ਵਿੱਚ ਆਉਂਦੀ ਹੈ ਪਿੰਡ ਦੇ ਵਿੱਚ ਚੌਂਕ ਪਹਿਲਾਂ ਆਉਂਦਾ ਉਹ ਚੌਂਕ ਦੇ ਵਿੱਚ ਸਾਡਾ ਘਰ ਹੈ ਸਾਹਮਣਾ ਅਤੇ ਇੱਕ ਗਲੀਆ ਅੰਜ ਗੁਰਦੁਆਰੇ ਨੂੰ ਜਾਂਦੀ ਹੈ ਅਤੇ ਆਹ ਗਾੜੀ ਜਾਂਦੀ ਹੈ ਮਸੀਤ ਨੂੰ ਲੰਘ ਜਾਂਦੀ ਹੈ ਅਤੇ ਆਹ ਅਲੀਏ ਰਾਈ ਦੇ ਘਰ ਨੂੰ ਨਿਕਲ ਜਾਂਦੀ ਹੈ ਅਤੇ
ਉਹ ਸਾਰੇ ਸਾਨੂੰ ਸਾਰ ਯਾਦ ਨੇ ਚਲੋ ਜੀ ਜੁੜੇ ਰਹਿਣਾ ਨਾਲ ਅਗਲੇ ਐਪੀਸੋਡ 'ਚ ਤੁਹਾਨੂੰ ਇਹਨਾਂ ਦੇ ਪਿੰਡ ਲੈ ਕੇ ਜਾਂਦੇ ਆ ਪਿੰਡ ਇਹਨਾਂ ਦਾ ਕੋਟ ਦੇਸਰਾਜ ਉੱਥੇ ਲੈ ਕੇ ਚੱਲਦੇ ਆ ਅਤੇ ਅਗਲੇ ਸਾਡੇ ਐਪੀਸੋਡ 'ਚ ਤੁਸੀਂ ਇਹਨਾਂ ਦਾ ਪਿੰਡ ਵੇਖੋਗੇ ਬਜ਼ੁਰਗ 77 ਸਾਲਾਂ ਬਾਅਦ 77 ਸਾਲਾਂ ਬਾਅਦ ਅਸੀਂ ਪਿੰਡ ਨੂੰ ਚੱਲੇ ਪਿੰਡ 'ਚ ਪੈਰ ਪਾਉਣ ਚੱਲੇ ਹਾਂ ਅਤੇ ਬੜੀ ਖੁਸ਼ੀ ਵਾਲੀ ਗੱਲ ਹਾਂ ਚਲੋ ਜੀ ਬਹੁਤ ਸ਼ੁਕਰੀਆ ਰੱਬ ਰਾਖਾ ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ ਅੱਲਾ ਹਾਫਿਜ਼ ਮੈਂ ਕਿਹਾ ਵੀ ਹੁਣ ਪਿੰਡ ਆਪਾਂ ਆ ਗਏ ਆ ਪਿੰਡ ਬਿਲਕੁਲ ਲਾਗੇ ਰਹਿ ਗਿਆ ਤੁਹਾਡੇ ਤੇ ਕਿਸ ਤਰ੍ਹਾਂ ਦੀ ਫੀਲਿੰਗ ਹੈ ਕੀ ਮਹਿਸੂਸ ਹੁੰਦਾ ਮੈਂ ਨਾ ਖੁਸ਼ੀ ਆਉਂਦੀ ਲਹਿਰਾਂ ਲਹਿਰਾਂ ਉੱਠਦੀ ਖੁਸ਼ੀ ਪੂਰਾ ਚਾ ਖੁਸ਼ੀ ਦੀ ਹਾਂ ਖੁਸ਼ੀ ਦੀ ਲਹਿਰਾਂ ਉੱਠਦੀ ਆ ਡਾਂਗ ਫਿਰ ਐ ਖੜੀ ਹੋ ਗਿਆ ਆਪੇ ਖੜਕ ਜਾਣੀ ਜਦੋਂ ਪਿੰਡ ਚਲੇ ਗਿਆ ਚੈਨਲ ਪੰਜਾਬੀ ਲਹਿਰ 'ਤੇ ਬਜ਼ੁਰਗਾਂ ਦੀਆਂ ਖਾਹਿਸ਼ਾਂ ਨੂੰ ਲੈ ਕੇ ਉਹ ਰੀਯੂਨੀਅਨ ਸਟੋਰੀਆਂ ਨੂੰ ਲੈ ਕੇ ਵੱਖ ਵੱਖ ਥਾਵਾਂ 'ਤੇ ਪੰਜਾਬ ਦੇ ਪਾਕਿਸਤਾਨ ਦੇ ਜਾਂਦੇ ਰਹੀਦਾ ਸੋ ਇੱਕ ਹੋਰ ਰੀਯੂਨੀਅਨ ਇੱਕ ਹੋਰ ਸਟੋਰੀ ਬਜ਼ੁਰਗ 77 ਸਾਲ ਬਾਅਦ ਪੂਰਨ ਸਿੰਘ ਹੁਣੀ ਜੀ 77 ਸਾਲ ਬਾਅਦ ਆਪਣੇ ਪਿੰਡ ਚੱਲੇ ਆ ਇਹ ਬੜੇ ਸਾਲਾਂ ਦੇ ਮੈਨੂੰ ਮੈਸੇਜਸ ਕਰਦੇ ਸੀ ਫੋਨ ਕਰਦੇ ਸੀ ਇਹਨਾਂ ਦਾ ਪੋਤਰਾ ਕਿ ਬਾਬਾ ਜੀ ਨੂੰ ਦਾਦਾ ਜੀ ਨੂੰ ਪਿੰਡ ਵਿਖਾਉਣਾ ਇਹਨਾਂ ਦੀ 98 ਸਾਲ ਉਮਰ ਹੈ ਅਤੇ ਹਾਲੀ ਹੈ 99 ਚਲੋ ਜੀ ਅਮੀਰਪੁਰ ਤੇ ਦੌਲੋ ਵਾਲੀ ਤੇ ਦੌਲੋ ਵਾਲੀ ਫਿਰ ਕੋਟ ਆਉਂਦਾ ਦੇਸ ਰਾਜ ਦਾ ਆਪਣੇ ਆਪਣੇ ਲੱਗਦੇ ਹੋਏ ਅਮੀਪੁਰ ਚੱਕਰਿਆਣ ਦੌਲੋ ਵਾਲੀ ਅਤੇ ਚੱਕਰਿਆਣ ਅਤੇ ਹਿੰਦੂ ਚੱਕ ਦਰਿਆਣ ਚੱਕ ਨਵਾਂ ਚੱਕ ਪੁਰਾਣਾ ਚੱਕ ਬਾਬਿਆਂ ਦੇ ਦੌਲੋ ਆਪਣਾ ਜੱਬੂਪੁਰ ਜੱਬੂ ਵਾਲੀ ਇਹ ਤੋਂ ਸੱਜੇ ਹੱਥੀ ਬਣਨਾ ਮੇਰਾ ਖਿਆਲ ਚਰਸਤਾ ਉੱਥੇ ਆਉਂਦਾ ਚਰਸਤਾ
ਤੁਸੀਂ ਬੜੀ ਕਿਸਮਤ ਵਾਲੇ ਹੋ ਸਾਡੇ ਪਿੰਡ 'ਚ ਤੁਹਾਡੀ ਅਸੀਂ ਉੱਥੋਂ ਦੁੱਧ ਝੂਠਾ ਕਰਕੇ ਨਾ ਮੱਝਾਂ ਦਾ ਚੋ ਕੇ ਤੇ ਫੇਰ ਅਸੀਂ ਲਿਆ ਦਿੰਦੇ ਹਾਂ ਪਿੰਡ ਉਹ ਕੇ ਰਹਿੰਦੇ ਹਨ Thank you.
أنا أقول لك ਚੌਂਕ ਚ ਲਾ ਦਾਗਾ ਚੌਂਕ ਚ ਲੋਕ ਡਾਲਾਗਾ
ਚਲੋ ਬਹੁਤ ਚਲੋ ਹੋ ਘਰ ਦੇ ਦਰਸ਼ਨ ਕਰੋ ਘਰ ਤੁਸੀਂ ਕਿੰਨੂੰ ਕਹਿ ਰਹੇ ਹੋ ਆਪਣੇ ਗੁਰਦੁਆਰੇ ਨੂੰ ਨਹੀਂ ਗੁਰਦੁਆਰਾ ਤੇ ਉਹ ਮੱਥਾ ਤੁਹਾਡਾ ਘਰ ਕਿੱਥੇ ਹੈ ਸਾਡਾ ਚੌਕ ਦੇ ਵਿੱਚ ਘਰ ਐ ਚੌਕੇ ਚੌਕ ਇਹਨਾਂ ਦੇ ਚੌਕ ਦੇ ਘਰ ਨਹੀਂ ਹੈ ਤੁਹਾਡਾ ਡੋ 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 ਜਣਾਉਂਦਾ ਗਜਰਾਣੀ ਵਾਲਾ ਨਹੀਂ ਜਿੱਥੇ ਮੈਂ ਤੁਹਾਨੂੰ ਬਾਲ ਗਜਰਾਣੀ ਦੇ ਹੱਕ ਸਾਡੀ ਕੰਨ ਸਾਡੀ ਪੌੜੀਆਂ ਚੜੀਆਂ ਬਿਲਕੁਲ ਬਿਲਕੁਲ ਚਲੋ ਸ਼ਹਿਰ ਬਣਿਆ ਹੈ ਬਹੁਤ ਵਧੀਆ ਸ਼ਹਿਰ ਬਣਿਆ ਬੜਾ ਰੂਹ ਖੁਸ਼ ਹੋਇਆ ਰੂਹ ਖੁਸ਼ ਹੋਇਆ ਉਹ ਸ਼ਹਿਰ ਵੱਧ ਕੇ ਬੜਾ ਪਿੰਡ ਵਧਿਆ ਇੱਥੇ ਟਿੱਬੇ ਦੇ ਨੂਰੇ ਫਤਿਹ ਦੇ ਮਕਾਨ ਆ ਟਿੱਬਾ ਟਿੱਬਾ ਨੂਰੇ ਫਤਿਹ ਦੇ ਕੁੜੀਆਂ ਬੜੀਆਂ ਬਲਾਵਾ ਤੁਹਾਡੀਆਂ ਜਿਹੜੀਆਂ ਕੌਰਾਂ ਨੇ ਨਾ ਅਸੀਂ ਉੱਥੋਂ ਦੁੱਧ ਜੂਠਾ ਕਰਕੇ ਨਾ ਮੱਝਾਂ ਦਾ ਝੋਕੇ ਤੇ ਫੇਰ ਅਸੀਂ ਲਿਆਉਂਦੇ ਨੇ ਪਿੰਡ ਉਹ ਘੇਰ ਲੈਂਦੇ ਹਨ ਅੰਦਰਲਾ ਖੂਹ ਇੱਥੇ ਨੂਰੇ ਨਾਲ ਦਾ ਡੇਰਾ ਹੁੰਦਾ ਬਿਲਕੁਲ ਬਿਲਕੁਲ ਬਾਬੇ ਨੂਰੇ ਕੋਟ ਵਿਚਾਰਾ ਕੀ ਕਰੇ ਉਹ ਮੰਡਾਲਾ ਸਾਲਾ ਝੂਠਾ
ਵਾਹ ਕੇ ਪਿੱਪਲਾ ਤੇ ਖੜ ਖੜ ਲਾਈ ਆ ਉਹ ਜਿਹੜੀ ਮਾਈ ਦੇ ਅੱਗੇ ਝੜ ਗਿਆ ਪੁਰਾਣੇ ਤੇ ਰੁੱਤ ਨਵਿਆਂ ਦੀ ਆਈ ਹਾਂ ਉਹ ਕਿਹੜਾ ਵਰਦਾ ਤੇ ਗਾੜੇ ਜਿਹੜੇ ਨੇ ਨਵੇਂ ਆਪਾਂ ਫੋਲਣਾ ਫੋਲਾਂ ਵੀ ਤੇ ਲੱਭਣ ਗਏ ਮੇਰੇ ਵੀ ਜੀਵਨ ਅੱਜ ਹੀ ਸਫਲ ਹੋਇਆ ਮੈਂ ਇਹੋ ਹੀ ਖੁਸ਼ੀ ਕਦੀ ਵੀ ਬਿਆਨ ਨਹੀਂ ਕਰ ਸਕਦਾ ਅਤੇ ਪਿੰਡ ਵਾਲਿਆਂ ਨੇ ਜਿੰਨਾ ਸਾਥ ਦਿੱਤਾ ਮੈਨੂੰ ਮੇਰੇ ਕੋਲ ਕੋਈ ਇਹੋ ਜਿਹੇ ਸ਼ਬਦ ਹੀ ਨਹੀਂ ਹੈਗੇ ਕਿਵੇਂ ਇਹਨਾਂ ਦਾ ਧੰਨਵਾਦ ਕੀਤਾ ਜਾਵੇ ਨਹੀਂ ਲੱਭਣੇ ਯਾਰ ਗੁਆਚੇ ਅਤੇ ਮਿੱਟੀ ਨਾ ਫਰੋਲ ਜੋ ਗਿਆ ਇਹ ਤਾਂ ਸਾਨੂੰ ਤਾਂ ਗੁਆਚੇ ਲਾ ਲਾ ਪਰ ਬਾਬੇ ਨੀ ਅਲੀਏ ਨੂੰ ਅਲੀਆ ਰਾਹੀਂ ਲੱਭੇ ਕਿਉਂ ਨਹੀਂ ਜੇ ਰੱਬ ਨੇ ਲਿਆਂਦਾ ਤੇ ਲਭਾਉਣ ਵਾਸਤੇ ਲਿਆਂਦਾ ਹੈ ਨਹੀਂ ਉਹ ਲੱਭਣੇ ਯਾਰ ਗੁਆਚੇ ਤੇ ਮਿੱਟੀ ਨਾ ਫਰੋਲ ਜੋ ਗਿਆ ਇਹ ਤਾਂ ਸਾਨੂੰ ਤਾਂ ਗੁਆਚੇ ਲਾ ਲਾ ਪਰ ਇਹਨਾਂ ਅਫਸਰਾਂ ਅਫਸਰਾਂ ਮੇਹਰ ਨਾਲ ਨਾਸਰ ਸਾਹਿਬ ਦੀ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੰਮੇ ਦਾ ਨੇੜੇ ਦੇ ਜੰਮਣ ਦਾ ਕੀ ਫਰਕ ਹੈ ਬੱਚੇ ਜੰਮੇ ਨੇ ਚਲੋ ਸ਼ਾਬਾਸ਼ ਇਹਨਾਂ ਤੋਂ ਸ਼ਾਹ ਨਾਲ ਕਿਸੇ ਤਰੀਕੇ ਨਾਲ ਵੀ ਇਹਨੂੰ ਚਾਹ ਆਇਆ ਸਾਡੇ ਤੋਂ ਪਹਿਲਾਂ ਸਾਡੇ ਤੋਂ ਪਹਿਲਾਂ ਅਸੀਂ ਤਾਂ ਚਲੋ ਇੱਥੇ ਜੰਮੇ ਹਾਂ ਅਤੇ ਇਹ ਪਹਿਲਾਂ ਵੇਖ ਕੇ ਦਰਸ਼ਨ ਕਰਦੇ ਹਾਂਜੀ ਤੁਹਾਡੇ ਤੋਂ ਪਹਿਲਾਂ ਵੇਖ ਇੱਕ ਕਿੱਡੀ ਉਦਮ ਦੀ ਗੱਲ ਅਤੇ ਉਤਸ਼ਾਹ ਦੀ ਚਾਹ ਦੀ ਆ ਹੈ ਵੇਖੋ ਆਏ ਅਤੇ ਤੁਸੀਂ ਸਾਰਿਆਂ ਨੂੰ ਹੁਣ ਜਾਣਦੇ ਹੋ ਸਾਨੂੰ ਤਾਂ ਹੁਣ ਜਾਣਨ ਲੱਗੇ ਹੋਣਾ ਮੋਬਾਈਲਾਂ ਤੇ ਵੇਖ ਵੇਖ ਕੇ ਪਤਾ ਸੀ ਕਿਵੇਂ ਦਾਦੇ ਦੀਆਂ ਗੱਲਾਂ ਕੋਲ ਸੁਣੀਏ ਚਾਹ ਸੀ ਅੱਜ ਤੱਕ ਇਹਨਾਂ ਦੀਆਂ ਗੱਲਾਂ ਸੁਣ ਕੇ ਹੀ ਮੈਂ ਇੱਥੋਂ ਤੱਕ ਪਹੁੰਚਿਆ ਅਤੇ ਮੇਰੇ ਵੀ ਜੀਵਨ ਅੱਜ ਹੀ ਸਫਲ ਹੋਇਆ ਮੈਂ ਇਹੋ ਹੀ ਖੁਸ਼ੀ ਕਦੀ ਵੀ ਬਿਆਨ ਨਹੀਂ ਕਰ ਸਕਦਾ ਅਤੇ ਪਿੰਡ ਵਾਲਿਆਂ ਨੇ ਜਿੰਨਾ ਸਾਥ ਦਿੱਤਾ ਮੈਨੂੰ ਮੇਰੇ ਕੋਲ ਕੋਈ ਇਹੋ ਜਿਹੇ ਸ਼ਬਦ ਹੀ ਨਹੀਂ ਹੈਗੇ ਕਿਵੇਂ ਇਹਨਾਂ ਦਾ ਧੰਨਵਾਦ ਕੀਤਾ ਜਾਵੇ ਇੱਥੋਂ ਦੇ ਕੁਛ ਵੀਰ ਹੀ ਅਤੇ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਜਦੋਂ ਇਹਨਾਂ ਦੀ ਪਹਿਲੀ ਇੰਟਰਵਿਊ ਹੋਈ ਅਤੇ ਉਹਨਾਂ ਨੇ ਮਤਲਬ ਕਿ ਨੰਬਰ ਐਕਸਚੇਂਜ ਕੀਤੇ ਉਹਨਾਂ ਨੇ ਦੱਸਿਆ ਇੱਦਾਂ ਫਿਰ ਮੇਰੀ ਦਾਦਾ ਜੀ ਦੀਆਂ ਗੱਲਾਂ ਸੁਣ ਸੁਣ ਕੇ ਛੋਟੇ ਹੁੰਦੇ ਨਾਲ ਪੈਣਾ ਦੱਸਣੀਆਂ ਉਹਨਾਂ ਨੇ ਗੱਲਾਂ ਕਿਵੇਂ ਆਏ ਕਿਵੇਂ ਕਿੱਦਾਂ ਪਹੁੰਚੇ ਫਿਰ ਉਹ ਚੀਜ਼ਾਂ ਮਨ 'ਚ ਹੀ ਅਤੇ ਇਹਨਾਂ ਦਾ ਪਿੰਡ ਚਲੋ ਹੈਗਾ ਹੀ ਹੈਗਾ ਸਾਡਾ ਉਹਨਾਂ ਤੋਂ ਵੱਧ ਹੀ ਅਤੇ ਸਾਡੇ ਤਾਂ ਮੇਰੇ ਮਨ 'ਚ ਪਹੁੰਚੀ ਮੈਂ ਅੱਜ ਤੱਕ ਇੱਥੋਂ ਤੱਕ ਆਇਆ ਉਹ ਵੀ ਤੁਹਾਡੇ ਸਹਿਯੋਗ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਰੀ ਟੀਮ ਦਾ ਅਤੇ ਪਿੰਡ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਅਤੇ ਇਹ ਪਿਆਰ ਕਦੀ ਵੀ ਨਾ ਹੀ ਭੁੱਲਾਂਗੇ ਅਤੇ
ਕੋਸ਼ਿਸ਼ ਕਰਦੇ ਰਵਾਂਗੇ ਕਿ ਜਿੰਨਾ ਤੱਕ ਸਾਡੇ ਸਾਹ ਆ ਕਿ ਪਿੰਡ ਨਾਲ ਪ੍ਰੇਮ ਹੁੰਦਾ ਹੀ ਵਧੇ, ਆਉਂਦੇ ਰਹੀਏ, ਮਿਲਦੇ ਰਹੀਏ, ਜੁੜੇ ਰਹੀਏ। ਗਾਹ ਸਾਡੇ ਵੀ ਜਿਹੜੀਆਂ ਪੀੜ੍ਹੀਆਂ ਆਉਂਦੀਆਂ ਨੇ ਉਹਨਾਂ ਨੂੰ ਵੀ ਪਤਾ ਹੋਵੇ ਕਿ ਪਿਛੋਕੜ ਕੀ ਸੀ ਜਾਂ ਸਾਡੇ ਦਾਦੇ ਪੜਦਾਦੇ ਕਿਵੇਂ ਇੱਥੋਂ ਗਏ, ਕਿਵੇਂ ਆਏ। ਮਤਲਬ ਕਿ ਇਹ ਚੀਜ਼ਾਂ ਰਹਿਣਗੀਆਂ ਅਤੇ ਇੰਡੀਆ ਅਤੇ ਪਾਕਿਸਤਾਨ ਦਾ ਜਿਹੜਾ ਹਕੂਮਤਾਂ ਨੇ ਸਾਡੀਆਂ ਨੇ ਇਹ ਜੱਬ ਪਾਇਆ ਵਾ, ਇਹਨਾਂ ਨੂੰ ਆਪਾਂ ਹਕੂਮਤਾਂ ਨੂੰ ਇੱਕ ਮੋੜਵਾਂ ਇਹੋ ਜਿਹਾ ਜਵਾਬ ਦੇਵਾਂਗੇ ਆਪਣਾ ਪਿਆਰ ਕਾਇਮ ਕਰਕੇ ਕਿ ਇਹ ਮਤਲਬ ਕਿ ਨੱਕ 'ਚ ਦਮ ਪਾਵਾਂਗੇ ਇਹਨਾਂ ਇਹਨੂੰ ਆਪਣੇ ਮਿਲਣਾ ਚਾਹੁੰਦੇ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਜਦੋਂ ਤੁਸੀਂ ਡੇਰੇ ਵਾਲੇ ਖੂਹ 'ਤੇ ਗਏ ਹੋ ਕਿਹੜੇ ਕਿਹੜੇ ਗਏ ਹਨ? ਉਹ ਦੋਧੀ ਸਾਹਿਬ ਹੁਣ ਆ ਰਹੇ ਆ ਉਹ ਬਸ ਇੰਨੀ ਉਹਨਾਂ ਖੁਸ਼ੀ ਹੋਈ ਜਦੋਂ ਇਹਨਾਂ ਨੂੰ ਪੁੱਛਿਆ ਭਾਈ ਖੂਹ ਸੀ ਡੇਰਾ ਖੂਹ ਉੱਚਾ ਬੜਾ ਸੀ, ਪਹਾੜਾ ਕੋਣਾ ਬੜਾ ਉੱਚਾ ਸੀ, ਉਹਦੇ ਦੁਆਲੇ ਟੂਟੀਆਂ ਬਣੀਆਂ ਹਨ, ਇੱਕ ਵੱਡਾ ਟੂਟਾ ਹੁੰਦਾ ਸੀ, ਬਾਕੀ ਟੂਟੀਆਂ ਹੁੰਦੀਆਂ ਹਨ। ਉਹਨੇ ਉਹ ਜੋ ਖੂਹ ਪਾਣੀ ਪਾਲੀ ਲਾਈਦਾ ਸੀ ਉਹ ਖੋਲ੍ਹ ਦੇਈਦਾ ਸੀ ਅਤੇ ਬਾਕੀ ਜਦੋਂ ਭਰ ਦੇਣਾ ਤਾਂ ਉਹ ਸਾਰੀਆਂ ਬੰਦ ਕਰ ਦੇਣੀਆਂ, ਦੂਜੀਆਂ ਹੀ ਲੱਕੜਾਂ ਦੀਆਂ ਠੋਕੀਆਂ ਹੁੰਦੀਆਂ ਕਿੱਲੀਆਂ ਅਤੇ ਉਹ ਖੋਲ੍ਹ ਕੇ ਅਤੇ ਨਹਾ ਲੈਣਾ ਅਤੇ ਬੜੇ ਆਨੰਦ। ਫਿਰ ਉਹਨਾਂ ਨੇ ਪੁੱਛਿਆ ਪਿੱਪਲ ਪਿੱਪਲ ਹੈਗੇ ਨੇ ਦੋ ਹੈਗੇ ਨੇ ਨਹੀਂ ਜੀ ਡੇਰੇ ਨਹੀਂ ਜਿੱਥੇ ਬੰਬੀ ਜਿੱਥੇ ਬੰਬੀ ਲੱਗੀ ਹੈ ਲੱਗੀ ਤੂੰ ਆਖਿਆ ਤੇ ਬੰਬੀ ਲਾ ਦਿੱਤੀ ਉੱਥੇ ਹੈ ਪਿੱਪਲ ਉਹ ਫਿਰ ਉੱਥੇ ਮੈਂ ਪਿੱਛੇ ਕੁਤਰਦਾ ਹਾਂ ਆਹ ਮੇਰੀ ਉਂਗਲ ਜਿਹੜੀ ਹੈ ਨਾ ਆਹ ਦੇਖੋ ਜੀ ਆਹ ਉਂਗਲ ਮੇਰੀ ਉੱਥੇ ਪੱਠੇ ਕੁਤਰ ਜਾ ਥਾਲੇ ਟੋਕੇ ਹੁੰਦੇ ਆ ਅਤੇ ਵੱਡੀ ਹਾਲੇ ਯਾਦ ਹੈ ਕਿ ਉੱਥੇ ਵੱਡੀ ਵੱਡੀ ਉੱਥੇ ਹੀ ਵੱਡੀ ਗਈ ਫਿਰ ਮੇਰੇ ਚਾਚੇ ਨੇ ਖੜਿਆ ਪਹਿਲਾਂ ਚੱਕ ਬਾਬਿਆਂ ਦੇ ਅੱਛਾ ਉੱਥੇ ਫਿਰ ਉਹ ਘੀਮ ਹੁੰਦਾ ਸੀ ਉਹਨੇ ਚਿੱਟਾ ਜਿਹਾ ਪਾਊਡਰ ਪਾ ਕੇ ਨਾ ਅਤੇ ਘੁੱਟ ਕੇ ਬੰਨ ਦਿੱਤੀ ਬਸ ਉਹ ਵੱਜੀ ਡਿੱਗੀ ਦੀ ਡਿੱਗੀ ਵੱਜੀ ਉੱਥੇ ਹੀ ਡਿੱਗੀ ਤਾਂ ਚਲੋ ਹੋਣੀ ਜਦੋਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਾਰੀ ਉੱਧਰ ਗਾਈਦਾ ਸੀ ਉੱਥੇ 12 ਜਦੋਂ ਜਾ ਕੇ ਮੋੜ ਪੈਂਦਾ ਨਹੀਂ ਚੱਕਰ ਵਾਲੇ ਦਾ ਉੱਥੇ 12 ਕਣੇ ਪੈਲੀ ਹੁੰਦੀ ਸੀ 12 ਕਣਾ ਗੁਰਦੁਆਰੇ ਦੀ ਨਹੀਂ ਗੁਰਦੁਆਰੇ ਜਿਮੀਦਾਰਾਂ ਦੀ ਉਹ ਵਾਹੀ ਦੀ ਉਹ ਮੋੜ ਦੇ ਉੱਤੇ ਸੀ ਬੜੀ ਕੁੜੀਆਂ ਵਡਾਣ ਕਣਕ ਹੁੰਦੀ ਹੈ ਕੁੜੀ ਆ ਵੇ ਅੱਛਾ ਇਹ ਦੱਸੋ ਤੁਸੀਂ ਬਈ ਇਹ ਬਾਸਮਤੀ ਜਿਹੜੀ ਪਹਿਲੀ ਪੁਰਾਣੀ ਹੁੰਦੀ ਸੀ ਖੁਸ਼ਬੂ ਵਾਲੀ ਮੈਂ ਉਹ ਬੀ ਖਤਮ ਹੋ ਗਏ ਨੇ ਟੋਟਲੀ ਪੁਰਾਣੇ ਜਿੰਨੇ ਵੀ ਸਨ ਨਾ ਦੇਸੀ ਬੀ ਵਡਾਣ ਕਣਕ ਦਾ ਬੀ ਨਹੀਂ ਕਿਸੇ ਨੂੰ ਲੱਭਦਾ ਦੇਸੀ ਵਡਾਣ ਦਾ ਤਾਂ ਗਈਆਂ ਉਹ ਕਣਕ ਦਾ ਬੀ ਬਦਲ ਦੇਖੋ ਮੋਨੀ ਕਣਕ ਉਹ ਬੀ ਮੋਨੀ ਉਹ ਕੋਈ ਨਹੀਂ ਭੋਨੀ ਭੋਨੀ ਉਹ ਕੋਈ ਨਹੀਂ ਆ ਕਸੀਰ ਨਹੀਂ ਹੁੰਦਾ ਉਹਦਾ ਕਸੀਰ ਨਹੀਂ ਹੁੰਦਾ ਉਹ ਨਹੀਂ ਕਈ ਜ਼ਮਾਨੇ ਬਦਲ ਗਏ ਹਾਂਜੀ ਬਿਲਕੁਲ ਪਿੰਡ ਦਾ ਧੰਨਵਾਦ ਕਰਦੇ ਇਹ ਜਮਾਨ ਨਹੀਂ ਹੁੰਦਾ ਡੁਰ ਗਿਆ ਵਾ ਤੇ ਉਹ ਅਫਸੋਸ ਹੋਇਆ ਕਿ ਯਾਰ ਪਤਾ ਨਹੀਂ ਲੱਗਾ ਦੱਸਿਆ ਨਹੀਂ ਤੇ ਕਿਸੇ ਨੂੰ ਪਤਾ ਨਹੀਂ ਸੀ ਹੈ ਚਲੋ ਪਤਾ ਹੁੰਦਾ ਕਿਸ ਤਰ੍ਹਾਂ ਤੁਹਾਡਾ ਹਮ ਸਵਾਗਤ ਕੀਤਾ ਹੈ ਉਦੋਂ ਵੀ ਕਰਦੇ ਜਿਹੜਾ ਸਵਾਗਤ ਵੀ ਕਰੋਗੇ ਤੇ ਤੁਹਾਡੇ ਦਿਲ ਦੀ ਖੁਸ਼ੀ ਤੇ ਸਵਾਗਤ ਇਹ ਦਿਲ ਦੀ ਖੁਸ਼ੀ ਹੈ ਹਾਂਜੀ ਹਾਂਜੀ ਦਿਲ ਤੁਸੀਂ ਗਏ ਸਾਨੂੰ ਸਭ ਕੁਝ ਵਿਖਾਇਆ ਪਿੰਡ ਦੇ ਵਿੱਚ ਘੁਮਾਇਆ ਗਿਆ ਵਿਖਾਇਆ ਪੁਰਾਣੀ ਯਾਦਾਸ਼ਤਾਂ ਸਾਨੂੰ ਪੁੱਛੀਆਂ ਦੱਸੀਆਂ ਹੈ ਤੇ ਸਾਡੇ ਜਦੋਂ ਅਸੀਂ ਘਰ ਨਾਲ ਸੌਂਦੇ ਨਾ ਹੈ ਅੰਮ੍ਰਿਤ ਵੇਲਾ ਹੁੰਦਾ ਨਾ ਜਦੋਂ ਅੰਨ ਬਾਜ ਪੜ ਦਿੱਤੇ ਹਾਂਜੀ ਹਾਂਜੀ ਸਾਰੇ ਧਿਆਨ ਮਾਰੀਦਾ ਆ ਫਲਾਣੀ ਫਲਾਣੀ ਚੀਜ਼ ਕਿੱਥੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਨਹੀਂ ਉਦੋਂ ਨਹੀਂ ਜਾਣਾ
ਇਹ ਯਾਦ ਵੀ ਤਾਂ ਹੈ ਹਾਂ ਬਿਲਕੁਲ ਕਿਤੇ ਯਾਦ ਵੀ ਕੋਈ ਨਹੀਂ ਇਹ ਨਹੀਂ ਗੱਲ ਬਾਬਾ ਯੂਸਫ ਸੀ ਉਹਨਾਂ ਦੀ ਇਹਨਾਂ ਨਾਲ ਗੱਲ ਉਹ ਬਹੁਤੋ ਪੱਲੇ ਪਿੰਡ ਦੇ ਲੰਮਾ ਇਹ ਦੋਨੋ ਵਾਲੀ ਗੱਲ ਹੈ ਬਦਮਾਸ਼ ਆਦਮੀ ਪਿਪਲਾ ਕਈ ਖੜ ਖੜ ਲਾਈ ਆ ਅੱਗੇ ਝੜ ਗਿਆ ਪੁਰਾਣੇ ਤੇ ਰੁੱਤ ਨਵਿਆਂ ਦੀ ਆਈ ਪਿਛਲੇ ਮਰ ਗਿਆ ਤੇ ਗਾੜੇ ਜਿਹੜੇ ਨੇ ਨਵੇਂ ਆਪਾਂ ਫੋਲਣਾ ਫੋਲਾ ਵੀ ਤੇ ਲੱਭਣ ਗਏ ਬਿਲਕੁਲ ਗੁਜਰਾਣੀ ਮੈਨੂੰ ਸਮਝ ਨਾ ਆਵੇ ਨਾਲ ਘਰ ਸੀ ਮੈਂ ਬੜੀ ਦੇਰ ਲੱਭਦਾ ਰਿਹਾ ਫਿਰ ਮੈਨੂੰ ਫੀਰ ਸਮਝ ਆਈ ਕਿ ਇੱਕ ਮਾਈ ਗੁਜਰੀ ਸੀ ਜਿਹਨੇ ਬੱਕਰੀਆਂ ਰੱਖੀਆਂ ਉੱਥੇ ਕਿਉਂਕਿ ਜੱਬੋਗੇ ਨਜ਼ੀਰ ਦੀ ਮਾਂ ਸੀ ਖੁਸ਼ੀ ਦਾ ਟੱਬਰ ਸੀ ਰਹਿਮਤ ਦੀ ਭਰਜਾਈ ਸੀ ਮਾਈ ਆਹ ਵੇਖੀ ਉਹ ਮਾਈ ਕੁਦਰੀ ਕਾਲੀ ਸ਼ਾਹ ਸੀ ਵਡੇਰੀ ਹੋਈ ਕੰਮ ਦੀ ਹੁੰਦੀ ਸਾਡੇ ਕੰਮ ਸਾਡੇ ਹੀ ਉਹਨਾਂ ਦੇ ਬਿਲਕੁਲ ਬਿਲਕੁਲ ਕਹਿ ਸਾਡੇ ਉਹ ਸਾਡੇ ਨਾਲ ਲੜਦਾ ਉਹ ਇਹਨਾਂ ਦਾ ਹਾਂ ਵੇਖੀ ਉਹ ਮਾਈ ਆ ਰੜਿਓ ਦੀ ਨਹੀਂ ਜੜ ਕੱਚੀ ਹਾਂਜੀ ਹਾਂਜੀ ਰੜਿਓ ਤੇ ਤੇ ਕੁੜੀਆਂ ਹੈਗਾ ਤੇ ਖਤਮ ਹੋ ਗਿਆ ਕੁੜੀਆਂ ਬੜਾ ਰੁੱਖ ਦਾ ਇਹ ਇਹਨਾਂ ਦਾ ਰਲਾ ਜੋਗ ਜਿਹੜਾ ਉਹ ਗਿਆ ਉੱਥੇ ਚਲੋ ਸਾਰਾ ਦਾ ਕਰਕੇ ਵੇਲਾ ਯਾਦ ਮੇਰਾ ਦਿਲ ਭਰ ਭਰ ਆਉਂਦਾ ਹੈ ਵਿਛੜੇ ਸਜਣ ਗਰਾਂ ਨੂੰ ਚੇਤੇ ਕਰ ਕਰ ਰੋਂਦਾ ਹੈ ਬੁੱਤ ਮੇਰਾ ਬਸ ਉੱਥੇ ਸੀ ਰੂਹ ਇੱਥੇ ਰਹਿ ਗਈ ਸੀ ਦਿਲ 'ਤੇ ਪੱਥਰ ਧਰ ਕੇ ਜੋ ਕਦੇ ਛੱਡਣੀ ਪੈ ਗਈ ਸੀ ਸਿਰ ਧਰ ਉਸ ਮਿੱਟੀ ਨੂੰ ਮੱਥਾ ਟੇਕਣ ਆਇਆ ਹਾਂ ਅੱਜ ਵਰ੍ਹਿਆਂ ਬਾਅਦ ਮੈਂ ਜੰਮਣ ਭਾਉ ਨੂੰ ਵੇਖਣ ਆਇਆ
ਨੰਬਰ ਪੂਰਾ ਵੇਖੋ ਪਾਲੋ ਫਿਰ ਇਹਨੂੰ ਪਾਲੋ ਇਹਨੂੰ ਪਾਲੋ ਇਹਨੂੰ ਪਾਲੋ ਮੈਂ ਕਹਿੰਦਾ ਪੂਰਾ ਮੈਂ ਕਹਿੰਦਾ ਪੂਰਾ ਇਹ ਪਾਲੋ ਤੇ ਉਹ ਕੱਢ ਦੇ ਰਾਜੇ ਪਾਣੀ ਮੰਗੇ ਖੂਨ ਨਾ ਦੇਣਾ ਜੀ ਕਰਦਾ ਤੈਨੂੰ ਬੈਠਾ ਕੇ ਦਰਦ ਪੁਰਾਣੇ ਹਰ ਬੰਦਾ ਪਿੰਡ ਚ ਨੀ ਰਹਿੰਦਾ ਕੋਈ ਗੱਲ ਅਸੀਂ ਵੀ ਅੱਗੇ ਪਿੱਛੇ ਹੀ ਹੁੰਦੇ ਆਪਣੇ ਕੰਮਾਂ ਕਾਰਾਂ ਕੋਈ ਵੇਖਿਆ ਇਹ ਸਾਨੂੰ ਪਤਾ ਲੱਗਾ ਪਰ ਹਲੇ ਇੱਕ ਦੋ ਦਿਨ ਚ ਜੋ ਵੀ ਮਾੜਾ ਚੰਗਾ ਹੋ ਸਕਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਇਹ ਸੱਚੇ ਪਾਤਸ਼ਾਹ ਇਹਨੂੰ ਚੜ੍ਹਦੀ ਕਲਾ ਇਹ ਵੇਖੋ ਤੁਹਾਨੂੰ ਪੂਰਾ ਇਹ ਅਗਰ ਪੂਰਾ ਹੈ ਤੇ ਇਹ ਪਾ ਕੇ ਜਾਓ ਵੇਖੋ ਇਹ 10 ਨੰਬਰ ਹੈ 10 ਨੰਬਰ ਪੂਰਾ ਵੇਖੋ ਪਾਲੋ ਫਿਰ ਇਹਨੂੰ ਪਾਲੋ ਇਹਨੂੰ ਪਾਲੋ ਇਹਨੂੰ ਪਾਲੋ ਮੈਂ ਕਹਿੰਦਾ ਪੂਰਾ ਮੈਂ ਕਹਿੰਦਾ ਪੂਰਾ ਇਹ ਪਾਲੋ ਤੇ ਉਹ ਕੱਟ ਦਿਓ ਤੇ ਆ ਲੈ ਤੇ ਆ ਲੋ ਦੇਖੋ ਇਹ ਦੌਲੋ ਵਾਲੀ ਦਾ ਨਾ ਗੋਲੋਵਾਲੀ ਦਾ ਜੋੜਾ ਬਣਾਉਂਦੇ ਹੁੰਦੇ ਹੁਣ ਜੋੜ ਹੈ ਉਹ ਮੈਨੂੰ ਘਰੋੜੀ ਸਾਹਿਬ ਮਿਲਿਆ ਉਹਦਾ ਮੁੰਡਾ ਅਤੇ ਮੈਂ ਪੁੱਛਿਆ ਵੀ ਯਾਰ ਪਿੰਡ ਦੇ ਲੈ ਜਾਓ ਕੋਟ ਲਾਗੇ ਗੋਲੋਵਾਲੀ ਦਾ ਉਹ ਆਉਂਦਾ ਵੀ ਜਿਵੇਂ ਪੂਰਾ ਜਥਾ ਅਤੇ ਗਿਣਤੀ ਮੀਡੀਆ ਦਾ ਕੰਮ ਤਾਂ ਨਹੀਂ ਖੜ ਜਾਂਦੇ ਇਹ ਗੋਲੋਵਾਲੀ ਜਾਣਦਾ ਕਿਸੇ ਨੂੰ ਮੈਂ ਕਿਹਾ ਯਾਰ ਅਸੀਂ ਤਾਂ ਜੋੜੇ ਸੁਣਾਉਂਦੇ ਪਾਉਂਦੇ ਰਹੇ ਉਹ ਆਉਂਦਾ ਵੀ ਉਹ ਤਾਂ ਘੁੱਟ ਕੇ ਜੱਫੀ ਪਾ ਲਈ ਆਉਂਦਾ ਅਤੇ ਉਹ ਹੈ ਫਿਰ ਬਹੁਤ ਉਹਨੇ ਪਿਆਰ ਕੀਤਾ ਮੈਂ ਕਿਹਾ 10 ਨੰਬਰ ਬਣਾਓ ਪੂਰੀ ਪੂਰੀ ਤੈਨੂੰ ਇੱਥੇ ਨਹੀਂ ਛੱਡ ਦਈਏ ਨਹੀਂ ਨਹੀਂ ਜੀ ਇਹ ਤੁਹਾਡਾ ਹੈ ਜੀ ਹੋਰ ਕਿੱਥੇ ਤੁਹਾਨੂੰ ਰੱਬ ਜਿਹੜਾ ਨਾ ਲੰਬੀ ਸਾਰੀ ਜ਼ਿੰਦਗੀ ਦੇਵੇ ਅੱਛਾ ਜੀ ਇਹਦੇ ਉਹਦੇ ਜੇ ਦਿੱਤੀ ਹੈ ਜੇ ਜ਼ਿੰਦਗੀ ਦਿੱਤੀ ਹੈ ਤੁਹਾਡੇ ਕੋਲ ਉਹਨੂੰ ਖਲਾਤਾ ਹੈ ਹੈਲੋ ਜੀ ਇਹਦੇ ਵਿੱਚ ਆਪਣੀ ਕੋਈ ਖਸੂਸੀ ਚੀਜ਼ ਰੱਖਿਆ ਜੇ ਆਪਣੇ ਮੰਜੇ ਦੇ ਨਾਲ ਜਾਂ ਸਰਾਣੇ ਦੇ ਨਾਲ ਸਾਨੂੰ ਇਹ ਨਹੀਂ ਸਮਝ ਹੈਲੋ ਜੀ ਇਹ ਡਰਾਈ ਫਰੂਟ ਵਾਸਤੇ ਅੱਜ ਕੱਲ੍ਹ ਨਾ ਕਾਜੂ ਸਾਜੂ ਖਾਇਆ ਕਰੋ ਤੁਹਾਨੂੰ ਲੋੜ ਹੈ ਜਦੋਂ ਫਿਰ ਦੁਨੀਆ ਹਿੱਲਣ ਡਾਵੇ ਉਧਰੋਂ ਭੈਣੀ ਪਤਾ ਨੀ ਉਧਰੋਂ ਗੱਡੀ ਵੱਡੀ ਆਈ ਕਿ ਇਧਰੋਂ ਗੱਡੀ ਵੱਡੀ ਆਈ ਤੇ ਫਿਰ ਹਲਚਲ ਮਚਣ ਡਾ ਪਿਆ ਫਿਰ ਲੋਕੀ ਆਖਣ ਲੱਗੇ ਯਾਰ ਇਤਨਾ ਮਾਰ ਦੇਣਗੇ ਤਾਂ ਕੀ ਫਾਇਦਾ ਇੱਥੋਂ ਨਿਕਲੋ ਸਹੀ ਇੱਥੇ ਗਿਆ ਡੇਰੇ ਵਾਲੇ ਖੂਟੇ ਤੋਂ ਬਾਈ ਬਾਮੇ ਵਾਲੇ ਤੇ ਡੇਰੇ ਅਸੀਂ ਇੱਥੋਂ ਗਿਆ ਤੇ ਉਹ ਪੁੱਤ ਅਤੇ ਧਨੀ ਦੇ ਬੋਲ ਤੋਂ ਡੇਰੇ ਗਦਰੇ ਰੰਗ ਦਾ ਚਿੱਟੇ ਰੰਗ ਦਾ ਅਤੇ ਮੱਝਾਂ ਹੁੰਦੀਆਂ ਹਨ ਚਾਰ ਮੱਝਾਂ ਹਨ ਅਤੇ ਅਸੀਂ ਉਹਨੂੰ ਜਦੋਂ ਅੰਜ ਨਿਕਲੀ ਦਾ ਬਾਮੇ ਵਾਲੇ ਖੂਹ ਨੂੰ ਅਤੇ ਵਿਹਲਾ ਜੀ ਜਗ੍ਹਾ ਹੁੰਦੀ ਸੀ ਉੱਥੇ ਵਿਛਾ ਕੇ ਖੇਤ ਚਿੱਟਾ ਅਤੇ ਉਹ ਜੋਗ ਬੰਨ ਕੇ ਅਤੇ ਉਹਨੂੰ ਬੰਨ ਕੇ ਅਤੇ ਧੱਕੇ ਪਾ ਕੇ ਪੜਨਾ ਤਾਂ ਵੀ ਖਾਓ ਜੇ ਜਿਉਂਦੇ ਰਹਿ ਤਾਂ ਵਿਹਲੇ ਹੋ ਜਾਣਗੇ ਨਹੀਂ ਅਤੇ ਮੱਝਾਂ ਜਿਹੜੀਆਂ ਹਨ ਉਹ ਪਰ ਬਾਮੇ ਵਾਲੇ ਖੂਹ ਨੂੰ
ਤੁਸੀਂ ਘਰ ਦੇ ਕਿੰਨੇ ਜੀ ਨਿਕਲੇ ਸੋ ਇਥੋਂ ਅਸੀਂ ਘਰ ਦੇ ਸਾਰਾ ਟੱਬਰ ਹੀ ਨਿਕਲੇ ਹੋ ਤੁਸੀਂ ਸਿਰਫ ਇੱਥੇ ਮਤਲਬ ਕਿ ਜਿਹੜੇ ਸਰ ਫਿਰ ਨਾ ਦੋ ਸਾਡੇ ਭਰਾ ਫਿਰ ਵਾਪਸ ਆ ਗਏ ਸਰਦਾਰਾਂ ਦੇ ਕਿੰਨੇ ਜੀ ਇਥੋਂ ਨਿਕਲੇ ਸਨ ਇਸ ਪਿੰਡ ਚੋਂ ਜਿੰਨੀ ਜ਼ਿਆਦਾ ਸਰਦਾਰਾਂ ਦਾ ਸੀਗਾ ਅੱਛਾ ਜ਼ਿਆਦਾ ਪਿੰਡ ਸਰਦਾਰਾਂ ਦਾ ਸਾਰੇ ਸਰਦਾਰ ਹਨ ਲੱਭਰਦਾਰ ਹੁੰਦਾ ਘਰ ਹੁੰਦਾ ਸੀ ਮਸੀਤ ਦੇ ਹੈ ਨਿਹਾਲ ਸਿੰਘ ਦਾ ਤਹਿਸੀਲਦਾਰ ਉਹਨੇ ਕੋਈ ਬੰਬ ਬੁੰਬ ਰੱਖੇ ਕੋਈ ਗੜਬੜ ਹੋਊ ਹੈ ਉਹ ਕੁੜੀ ਉਹਦੇ ਭਿੱਜ ਗਿਆ ਚਾਚਾ ਸੀ ਤੇ ਹੋਰ ਸਨ ਪੰਜ ਚਾਰ ਬੰਦੇ ਤੇ ਇਹ ਆਂਦੇ ਵੀ ਇਹਨਾਂ ਛੱਡਣਾ ਨਹੀਂ ਤੇ ਧਿਆਨ ਨਹੀਂ ਛੱਡਣਾ ਬਾਕੀ ਛੁੱਟ ਦੇ ਉਹਨਾਂ ਨੂੰ ਛੱਡਿਆ ਉਹਨਾਂ ਵੱਢ ਟੁੱਕ ਚਾਲੂ ਕਰ ਚਾਰ ਬੰਦੇ ਪੰਜ ਮਰੇ ਵੱਢ ਦਿੱਤੇ ਨਾਲ ਹੀ ਕਮਾਲ ਤੇ ਵੱਢੇ ਨਾ ਜਦੋਂ ਤੇ ਉਹ ਸਾਡਾ ਚਾਚਾ ਜਿਹੜਾ ਸੀ ਨਾ ਉਹਦੇ ਵੱਲ ਭੱਜਾ ਗਿਆ ਉਹਨੇ ਮਾਰੀ ਫਰਸ਼ੀ ਤੇ ਉਹਨੇ ਪਾਈ ਲੋਹੇ ਦੀ ਕੁੜਤੀ ਤੇ ਉਹ ਗਾੜੀ ਉਹ ਫਰਸ਼ੀ ਦਾ ਅੱਖਾ ਮੂੰਹ ਮੁੜ ਗਿਆ ਮੁੜ ਕੇ ਉਹਨੇ ਮਾਰੀ ਕੁਹਾੜੀ ਕੇ ਆ ਦੋ ਫਾੜਾ ਦੂਜੀ ਮਾਰੀ ਫਿਰ ਉਹਨੇ ਕਿ ਆ ਸਿਰ ਵੱਜੀ ਫਿਰ ਖੁੱਲ ਗਿਆ ਵਾਹਵਾ ਫਿਰ ਉਹ ਜਵਾਨ ਤਗੜਾ ਸੀ ਲੜਾਈ ਕਪਾਤ ਨੂੰ ਤਗੜਾ ਸੀ ਉਹਨੇ ਦੋ ਬੰਦਾ ਤਿੰਨਾਂ ਨੂੰ ਤਗੜਾ ਸੀ ਉਹਨੇ ਫਿਰ ਨਾ ਉਹਦੀ ਦਲੇਰੀ ਉਹਨੇ ਫੜਿਆ ਫਰਸ਼ੇ ਨੂੰ ਡਾਂਗ ਉਹਨੇ ਮਾਰੀ ਫਬਾ ਕੇ ਰੱਖ ਕੇ ਆਹ ਵੱਜੀ ਵੱਜੀ ਤੇ ਆ ਵੜ ਗਿਆ ਕਮਾਲ 'ਚ ਉੱਥੇ ਫਿਰ ਉਹ ਪਹਿਲਾਂ ਦਿਖਾ ਛਾ ਕੇ ਡਿੱਗ ਪਿਆ ਫਿਰ ਉਹਨੂੰ ਜਦੋਂ ਹੋਸ਼ ਆਈ ਨਾ ਉਹਨੇ ਪਾਚਾ ਪਾਚਾ ਪਿੱਛੇ ਕੀਤੀ ਆਂਦਾ ਵੀ ਉਹ ਸਿੱਖ ਨੂੰ ਆਹ ਨਗਾ ਨਗਾ ਕਰਕੇ ਸਿੱਤਰ ਲੈ ਲੱਭਣਾ ਜਿਹਨੇ ਸਾਨੂੰ ਮਾਰੀ ਲੋ ਜੀ ਉਹ ਪਰਾਤਾਂ ਬੰਨ ਕਿਤੇ ਲੱਭਦੇ ਰਹੇ ਨਹੀਂ ਲੱਭ ਜਿੱਥੇ ਉਹਨਾਂ ਲੰਘਣਾ ਉੱਥੇ ਹੋ ਜਾਣਾ ਤਿੰਨ ਦਿਨ ਫੋਬੀਆ ਹੋ ਗਿਆ ਅਤੇ ਸਾਨੂੰ ਪਤਾ ਸੀ ਮੌਤ ਫਿਰ ਅਸੀਂ ਗਏ ਉਹ ਚਲੇ ਗਏ ਛੱਡ ਕੇ ਆਦਿਨ ਬਹਿ ਨਹੀਂ ਕਿਤੇ ਨਿਕਲ ਗਏ ਫਿਰ ਉਹਨੂੰ ਖੜਿਆ ਖੜ ਕੇ ਅਤੇ ਆਪਣਾ ਮੁਸਲਮਾਨ ਯਾਰ ਸੀ ਸਰ ਉਹਨੇ ਅੰਦਰ ਦਿੱਤਾ ਸਾਨੂੰ ਕਹਿੰਦਾ ਵੀ ਤੁਸੀਂ ਅੰਦਰ ਵਰਤੋ ਸਾਰਾ ਟੱਬਰ ਅਤੇ ਪਾਓ ਜੰਦਰਾ ਮੈਂ ਮਾਰਦਾ ਲੋਕ ਤੁਸੀਂ ਅਤੇ ਖੋਲਣਾ ਨਹੀਂ ਚਲੋ ਅਤੇ ਦੋ ਭਰਾ ਸਾਡੇ ਪਿਛਾ ਆ ਗਏ ਤਰਾਉਣੀਆਂ ਹੁੰਦੀਆਂ ਹਨ ਉੱਥੇ ਆ ਕੇ ਨਾ ਦੋ ਤਰਾਉਣੀਆਂ ਕੇਸ ਕਟਾਲਾ ਫਿਰੇ ਅਤੇ ਕੋਈ ਜਿਮੀਦਾਰ ਆ ਗਿਆ ਇੱਥੇ ਫਿਰ ਕਰਦਿਆਂ ਕਰਦਿਆਂ ਉਹਨਾਂ ਆਖਿਆ ਭਾਈ ਰਾਜਨੰਗੀ ਰਾਜਨੰਗੀ ਸਾਨੂੰ ਲੇਟ ਲੁੱਟ ਕੇ ਲੈ ਗਿਆ ਫਿਰ ਉਹਨਾਂ ਆਖਿਆ ਵੀ ਇਸ ਤਰ੍ਹਾਂ ਕਰੋ ਤੁਹਾਡੇ ਪਿੰਡ ਹੋਣੇ ਬੰਦੇ ਪਿੰਡ ਦੇ ਜੇ ਤੁਸੀਂ ਪਛਾਣ ਲਵੋਗੇ ਤਾਂ ਤੁਹਾਨੂੰ ਛੱਡ ਦਾਂਗੇ ਮਾਰ ਦੇਣਾ ਅਜਿਹਾ ਕੋਈ ਗੱਲ ਨਹੀਂ ਮਾਰ ਦਿਓ ਮਾਰ ਦਿਓ ਤੁਹਾਡੇ ਹੱਥ 'ਚ ਆਏ ਫਿਰ ਉਹਨਾਂ ਬੰਦੇ ਇੱਥੋਂ ਗਏ ਉਹ ਸਾਡੀ ਮਾਤਾ ਨੂੰ ਇੱਕ ਆਉਂਦਾ ਹੈ ਅਤੇ ਚਾਚੀ ਇੱਥੇ ਬਹਿ ਰਹੇ ਜੋ ਹੈ ਵਧੀਆ ਤੁਸੀਂ ਚੰਨਣ ਸਿੰਘ ਦਾ ਆਦਾ ਨਹੀਂ ਅੱਲਾ ਰੂਪ ਕੋਈ ਚਿਰਾਗ ਨਹੀਂ ਨਾਪੋ ਨਾਮ ਬਦਲ ਦਿੱਤੇ ਨੇ ਇੱਕ ਦਵਾਨ ਸਿੰਘ ਸੀ ਉਹਦਾ ਅਤੇ ਭਾਬੀ ਇੱਥੇ ਬਹਿ ਰਹੇ ਤੂੰ ਤਾਂ ਦਵਾਨ ਸਿੰਘ ਹੈ ਹੈ ਉਹ ਆਉਂਦਾ ਕੋਈ ਨਹੀਂ ਅੱਲਾ ਦਾ ਰੂਪ ਕੋਈ ਰਹਿਮ ਸੀ ਨਾ ਉਹ ਨਾਮ ਬਦਲ ਦਿੱਤੇ ਫਿਰ ਉਹਨਾਂ ਆਖਿਆ ਠੀਕ ਤੁਹਾਡੇ ਪਿੰਡ ਦੇ ਉਹ ਸਿੱਟਣ ਦੇ ਸਾਡੇ ਪਿੰਡ ਨੂੰ ਤਰਾਉਣੀਆਂ ਦਾ ਬੜਾ ਪ੍ਰੇਮ ਰੱਖਦਾ ਸੀ ਸਹੀ ਜਦ ਤੇ ਉਹ ਫਿਰ ਸਾਨੂੰ ਨਾ ਉਹਨਾਂ ਆਖਿਆ ਵੀ ਤੁਸੀਂ ਮੁਸਲਮਾਨ ਹੋ ਅਸੀਂ ਆਖਿਆ ਜੇ ਮਾਰਨਾ ਤਾਂ ਮਾਰ ਦਿਓ ਤੇ ਮੁਸਲਮਾਨ ਹੋ ਤੇਰਾ ਦਿਨ ਤੁਸੀਂ ਜਾਓ ਅਸੀਂ ਤੁਰ ਪਾ ਭਿੱਖੀ ਭਿੱਖੀ ਗਿਆ ਰਾਤ ਭਿੱਖੀ ਹੁੰਦਾ ਸੀ ਰਿਸ਼ਤੇਦਾਰ ਉਹਦਾ ਪੁੱਛ ਕੇ ਗਿਆ ਅਤੇ ਉੱਥੇ ਫਿਰ ਸਾਨੂੰ ਗੁਰਦੁਆਰੇ ਉੱਤੇ ਨਾ ਪਿੰਡ ਵਾਲਿਆਂ ਨੂੰ ਆਖਿਆ ਤੁਹਾਡੇ ਜਾਣ ਉੱਥੇ ਗੁਰਦੁਆਰੇ ਦੇ ਰੋਟੀ ਪਾਣੀ ਸਾਨੂੰ ਛਕਾਇਆ ਖਾਣਾ ਕੀ ਅਤੇ ਫਿਰ ਚਲੋ ਉੱਥੋਂ ਫਿਰ ਸਵੇਰੇ ਅਸੀਂ ਤਿਆਰ ਹੋਏ ਸਾਨੂੰ ਆਹ ਮੁਸਲਮਾਨ ਔਰਤਾਂ ਨੂੰ ਮਾਰ ਕੇ ਬਣਾ ਅਸੀਂ ਅੱਗੇ ਕੋਈ ਨਹੀਂ ਮੌਤ ਆ ਗਈ ਅਸੀਂ ਬਟਾਲੇ ਜਾ ਕੇ ਫਿਰ ਅਸੀਂ ਬਟਾਲੇ ਗਏ ਬਟਾਲੇ ਫਿਰ ਪੰਜ ਘੇਰਾ
ਉੱਥੇ ਜੋ ਦੁਕਾਨ ਕਸਬਾ ਹੈ ਜੋ ਵੰਡੀ ਗਿਆ ਜੋ ਚੀਜ਼ਾਂ ਦੁਕਾਨਾਂ ਉਹ ਵੰਡੀ ਗਿਆ ਕਾਈ ਪੰਜ ਦਿਨ ਉੱਥੇ ਗਏ ਫਿਰ ਉੱਥੇ ਬੜੇ ਜਥੇ ਇਕੱਠੇ ਹੋ ਗਏ ਚਾਰ ਛੇ ਨੂੰ ਫਿਰ ਅਸੀਂ ਉੱਥੇ ਉਤਰੇ ਅਤੇ ਗੁੰਮੂ ਸ਼ਾਹ ਦੀ ਮੰਡੀ ਖੜੀ ਭਿੱਖੀ ਪਿੰਡ ਇੱਕ ਟਾਹਲੀ ਵਾਲਾ ਪਿੰਡ ਹੋਇਆ ਟਾਹਲੀ ਵਾਲੇ ਪਿੰਡੋਂ ਫਿਰ ਜਥਾ ਪਿਆ ਸਾਡੀ ਉਹ ਪਿਆ ਜਥੇ ਨੂੰ ਮੈਂ ਘੇਰਦਾ ਫਿਰ ਸਾਡਾ ਜਥਾ ਜ਼ਿਆਦਾ ਸੀ ਇਹ ਪੈ ਗਿਆ ਤਗੜਾ ਫਿਰ ਅਤੇ ਨਾਲੇ ਜੋ ਉੱਥੋਂ ਕੋਈ ਲੁੱਟ ਖੋਹ ਕਰ ਕਰਕੇ ਲਿਆਏ ਅਤੇ ਨਾਲੇ ਉਹ ਭੱਜ ਕੇ ਪਿੰਡ ਛੱਡ ਫਿਰ ਅਸੀਂ ਜਾ ਕੇ ਰਾਤ ਦਸ਼ਕੇ ਦਾ ਕੈਂਪ ਲਗਾ ਅੱਠ ਦਿਨ ਉੱਥੇ ਪਹੁੰਚ ਗਏ ਨਹਿਰ ਦਸ਼ਕੇ ਅਸੀਂ ਉੱਥੇ ਰਹਿ ਉੱਥੇ ਫਿਰ ਚਲੋ ਜੰਗਲ ਪਛਾਲ ਉੱਤੇ ਜਾਣਾ ਉੱਥੇ ਅੱਠ ਦਿਨ ਰਹਿ ਫਿਰ ਅਸੀਂ ਜਾਂ ਪਸ਼ਮੀਰ ਅੱਠ ਦਿਨ ਪਸ਼ਮੀਰ ਰਹਿ ਅਤੇ ਫਿਰ ਪਸ਼ਮੀਰੋਂ ਆਖਣ ਲੱਗੇ ਵੀ ਜਿਹੜੀ ਜਿਹੜੀ ਟ੍ਰੇਨ ਹੈ ਇਹ ਤੇ ਬੀਬੀਆਂ ਅਤੇ ਬੱਚੇ ਛੋਟੇ ਜਾਣੇ ਇਹ ਘਲਾਉਣੇ ਨੇ ਜਵਾਨ ਬੰਦੇ ਨੂੰ ਜਾਣਦੇ ਨੇ ਫਿਰ ਕਰਦਿਆਂ ਕਰਦਿਆਂ ਇਹ ਫਿਰ ਨਹੀਂ ਜਾਣਾ ਇਕੱਠੇ ਨੇ ਫਿਰ ਬਲੋਚੀ ਮਿਲਟਰੀ ਆਈ ਉਹਨਾਂ ਗੱਡੀ 'ਤੇ ਚੜਾ ਕੇ ਫੜਿਆ ਫਿਰ ਜਿੱਥੇ ਹੱਥ ਦੇਣ ਅਤੇ ਉਹ ਘੂ ਤਾਂ ਬਦਲ ਜਾਣ ਜਿੱਥੇ ਡਰਾਈਵਰੀ ਬੱਜੇ ਹਨ ਜਿੱਥੇ ਹੱਥ ਦੇਣਾ ਉੱਥੇ ਖਲੋ ਜਾਣਾ ਫਿਰ ਉਹਨਾਂ ਮੋਰਚੇ ਬਣਾਉਣੇ ਫਿਰ ਉਹਨਾਂ ਕਰ ਫਿਰ ਸਹੀ ਨਾਰੋ ਵਾਲਾ ਖਾਣੀ ਨਾਰੋ ਵਾਲ ਉਦੋਂ ਅਤੇ ਹੁਣ ਤਾਂ ਜਿਹੜਾ ਬਣਿਆ ਹੈ ਅਤੇ ਡੇਰੇ ਬਾਬੇ ਨਾਲ ਧੜੀ ਅਸੀਂ ਜਦੋਂ ਦਰਿਆ ਦੇ ਉੱਤੇ ਗਏ ਨਾ ਫਿਰ ਤੁਹਾਨੂੰ ਪਤਾ ਚਾਂਦੀ ਦਿਨ ਪਈ ਉਹਨੇ ਕੋਈ ਗੱਲ ਨਹੀਂ ਫਿਰ ਜਿਹਦੇ ਕੋਲ ਆ ਗਿਆ ਛੜਨ ਨਿਛੜਨ ਕਰਕੇ ਫਿਰ ਤੁਹਾਨੂੰ ਚਕਾਰੇ ਛੱਡਣ ਕੋਲ ਆ ਗਿਆ ਆਪਣੇ ਅਤੇ ਫਿਰ ਇਸੇ ਤਰ੍ਹਾਂ ਕਰਦੇ ਕਰਦੇ ਫਿਰ ਇੱਧਰੋਂ ਮਾਲ ਪਾਣੀ ਤਾਂ ਲੈ ਗਏ ਤੁਹਾਨੂੰ ਸਾਰਾ ਨਾਲ ਨਹੀਂ ਮਾਲ ਪਾਣੀ ਮਾਲ ਪਾਣੀ ਦੀ ਸੁੱਜਣ ਲਈ ਸੀ ਉਹਦੇ ਯਾਰ ਸਨ ਸਾਡੇ ਮਕਾਨ ਸਨ ਮੈਂ ਆਪਣਾ ਹਾਪੋਗੇ ਦੀ ਰਾਣੀ ਇੱਥੇ ਚੌਂਕ ਸੀ ਬੜਾ ਵੱਡਾ ਤਗੜਾ ਖੁੱਲਾ ਇੱਥੇ ਇਕੱਠੇ ਹੋ ਜਾਣਾ ਲੈਣਗੇ ਆਪਣੇ ਨਾਲ ਉਹ ਕਈ ਵਾਰੀ ਮੈਂ ਆਟਾ ਗੁੰਨਿਆ ਲੱਖਾਂ ਕੀਤੇ ਬੇੜੇ ਕੋਈ ਗਈ ਜਵਾਨੀ ਆ ਬੁੜਦਾ ਕੋਈ ਨਹੀਂ ਲੱਗਦਾ ਕਰਕੇ ਵੇਲਾ ਯਾਦ ਮੇਰਾ ਦਿਲ ਭਰ ਭਰ ਆਉਂਦਾ ਹੈ ਵਿਛੜੇ ਸਜਣ ਗਰਾਂ ਨੂੰ ਚੇਤੇ ਕਰ ਕਰ ਰੋਂਦਾ ਹੈ ਬੁੱਤ ਮੇਰਾ ਬਸ ਉੱਥੇ ਸੀ ਰੂਹ ਇੱਥੇ ਰਹਿ ਗਈ ਸੀ ਦਿਲ 'ਤੇ ਪੱਥਰ ਧਰ ਕੇ ਜੋ ਕਦੇ ਛੱਡਣੀ ਪੈ ਗਈ ਸੀ ਸਿਰ ਧਰ ਉਸ ਮਿੱਟੀ ਨੂੰ ਮੱਥਾ ਟੇਕਣ ਆਇਆ ਹਾਂ ਅੱਜ ਵਰ੍ਹਿਆਂ ਬਾਅਦ ਮੈਂ ਜੰਮਣ ਭਾਉ ਨੂੰ ਵੇਖਣ ਆਇਆ ਹਾਂ ਇੱਕ ਤਾਂ ਕਦੇ ਵੀ ਜੰਮਣ ਵਾਲੀ ਮਾਂ ਨਹੀਂ ਭੁੱਲਦੀ ਦੂਜਾ ਕਦੇ ਵੀ ਜੰਮਣ ਵਾਲੀ ਥਾਂ ਨਹੀਂ ਭੁੱਲਦੀ ਯਾਦ ਹੈ ਅੱਜ ਵੀ ਹਾਣੀਆਂ ਦੇ ਨਾਲ ਜਿੱਥੇ ਖੇਡੇ ਸੀ ਰੂਹ ਵੱਸਦੀ ਹੈ ਉਸ ਥਾਂ
ਖੌਰੇ ਤਾਂ ਨਹੀਂ ਭੁੱਲਦੀ। ਮੈਂ ਯਾਦਾਂ ਦੇ ਖਿਲਰੇ ਵਰਕ ਸਮੇਟਣ ਆਇਆ ਹਾਂ, ਅੱਜ ਵਰਿਆਂ ਬਾਅਦ ਮੈਂ ਜੰਮਣ ਪਾਉ ਨੂੰ ਵੇਖਣ ਆਇਆ ਹਾਂ। ਅੱਜ ਤਾਈਂ ਉਹ ਗਲੀਆਂ ਦਰ ਦਰਵਾਜ਼ੇ ਨਹੀਂ ਭੁੱਲਦੇ, ਰਲ ਮਿਲ ਰਹਿੰਦੇ ਲੋਕ ਉਹ ਸਾਧ ਮੁਰਾਦੇ ਨਹੀਂ ਭੁੱਲਦੇ। ਕਿਸ ਨੂੰ ਖੋਲ ਵਿਖਾਈਏ ਦੱਸੋ ਦਿਲ ਦੀਆਂ ਬਾਰਾਂ ਨੂੰ, ਆਵਣ ਮੰਜ਼ਰ ਅੱਖਾਂ ਸਾਵੇਂ ਸਾਡੇ ਨਹੀਂ ਭੁੱਲਦੇ। ਦਿਲ ਦੀ ਫਟੀ ਬਿਆਈ ਮੱਲਮ ਲੇਪਣ ਆਇਆ ਹਾਂ, ਅੱਜ ਵਰਿਆਂ ਬਾਅਦ ਮੈਂ ਜੰਮਣ ਪਾਉ ਨੂੰ ਵੇਖਣ ਆਇਆ ਹਾਂ।